ਭਾਈ ਅੰਮ੍ਰਿਤਪਾਲ ਸਿੰਘ ਦੀ ਨਵੀਂ ਵੀਡੀਓ ਵਾਇਰਲ ਹੋਈ ਹੈ, ਜਿਵੇਂ ਕਿ ਤੁਸੀਂ ਸਾਰੇ ਦੇਖ ਰਹੇ ਹੋ ਅਲੱਗ ਅਲੱਗ ਚੈਨਲਾਂ 'ਤੇ। ਕੀ ਉਸ ਵੀਡੀਓ ਦੇ ਵਿੱਚ ਕਿਹਾ, ਕੀ ਉਸ ਵੀਡੀਓ ਦੇ ਕੀ ਸਿੱਟੇ ਨਿਕਲਣਗੇ, ਕੀ ਉਸ ਵੀਡੀਓ ਦੇ ਵਿੱਚ ਜੋ ਉਹਨਾਂ ਨੇ ਬੋਲਿਆ ਉਹ ਵੀਡੀਓ ਦੇ ਵਿੱਚ ਕੀ ਕਿੱਧਰ ਕਿੱਧਰ ਜਾ ਰਹੇ ਆ ਵਰਡ ਸਾਰੇ, ਜਾਂ ਮਤਲਬ ਉਸ ਵੀਡੀਓ ਦੇ ਕੀ ਵਿੱਚ ਜੋ ਉਹਨਾਂ ਨੇ ਬੋਲਿਆ ਵੀ ਉਹ ਕਿੱਥੇ ਸਰੈਂਡਰ ਕਰਨਗੇ, ਉਸ ਬਾਰੇ ਸਾਰੀ ਚਰਚਾ ਕਰਨ ਵਾਸਤੇ ਸਾਡੇ ਨਾਲ ਜੁੜੇ ਹੋਏ ਨੇ ਹਰਸੁਖ ਸਿੰਘ ਜੀ। ਸਤਿ ਸ਼੍ਰੀ ਅਕਾਲ ਹਰਸੁਖ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਹਰਸੁਖ ਟੀਵੀ ਯੂਐਸਏ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਹਰਸੁਖ ਸਿੰਘ ਜੀ, ਜੋ ਵੀਡੀਓ ਨਵੀਂ ਆਈ ਹੈ, ਪਹਿਲਾਂ ਤਾਂ ਇਸ ਵੀਡੀਓ ਬਾਰੇ ਦੱਸੋ ਵੀ ਇਹ ਵੀਡੀਓ ਵਿੱਚ ਕੀ ਉਹਨਾਂ ਨੇ ਬੋਲਿਆ। ਜੀ, ਅੱਜ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਵੀਡੀਓ ਉਹਨਾਂ ਨੇ ਜਾਰੀ ਕੀਤੀ ਹੈ। ਇਸ ਵੇਲੇ ਪੂਰਾ ਪੰਜਾਬ ਹੀ ਨਹੀਂ ਬਲਕਿ ਪੂਰੇ ਦੇਸ਼ ਦਾ ਇਹ ਹੌਟ ਟੌਪਿਕ ਬਣਿਆ ਹੋਇਆ, ਧੜਾਧੜ ਵੀਡੀਓ ਸ਼ੇਅਰ ਕੀਤੀ ਜਾ ਰਹੀ ਆ। ਹਰੇਕ ਬੰਦਾ ਵੀਡੀਓ ਦੇਖ ਕੇ ਆਪਣਾ ਤਰਜਮਾ ਕਰ ਰਿਹਾ, ਕੋਈ ਕੁਛ ਕਹਿ ਰਿਹਾ, ਕੋਈ ਕੁਛ ਕਹਿ ਰਿਹਾ। ਜੇ ਇਹ ਕਹੀਏ ਕਿ ਜਿੰਨੇ ਮੂੰਹ ਉਨੀਆਂ ਗੱਲਾਂ, ਤੇ ਇਹ ਅਖਾਣ ਗਲਤ ਨਹੀਂ ਹੋਵੇਗਾ। ਕੋਈ ਪਾਰਟੀ ਵਾਲੇ ਕਹਿੰਦੇ ਆ ਕਿ ਸਾਡੇ ਲਈ ਵਧੀਆ ਹੋ ਗਿਆ, ਪੁਲਿਸ ਕਹਿ ਰਹੀ ਹੈ ਸਾਡੇ ਲਈ ਵਧੀਆ ਹੋ ਗਿਆ, ਕੋਈ ਕੁਛ ਕਹਿ ਰਿਹਾ, ਕੋਈ ਕੁਛ। ਪਰ ਸਭ ਤੋਂ ਹਾਲਹੀਣੀ ਸਥਿਤੀ ਹੈ ਇਸ ਵੇਲੇ ਮੀਡੀਆ ਦੀ ਬਣੀ ਹੋਈ ਹੈ। ਸਭ ਤੋਂ ਜਿਹੜਾ ਮਾੜਾ ਹਾਲ ਉਹ ਮੀਡੀਆ ਦੇ ਨਾਲ ਹੋਇਆ ਹੈ, ਕਿਉਂਕਿ ਮੀਡੀਆ ਕੋਈ ਕਹਿ ਰਿਹਾ ਸੀ ਜੀ ਉਹ ਨੇਪਾਲ ਦਾ ਬਾਰਡਰ ਟੱਪ ਗਿਆ, ਕੋਈ ਕੁਛ ਕੋਈ ਕੁਛ। ਪਰ ਇਸ ਵੀਡੀਓ ਨੇ ਆ ਕੇ ਜਿਹੜੇ ਹੈ ਕਾਫੀ ਸਾਰੇ ਸਵਾਲਾਂ ਦੇ ਜਵਾਬ ਦੇ ਦਿੱਤੇ ਨੇ ਤੇ ਕਾਫੀ ਸਾਰੇ ਸਵਾਲ ਨਵੇਂ ਖੜੇ ਕਰ ਦਿੱਤੇ ਨੇ। ਜੀ ਬਰਾੜ ਸਾਹਿਬ, ਇਹ ਵੀਡੀਓ ਆ ਚੁੱਕੀ ਹੈ ਤੇ ਇਹ ਵੀਡੀਓ ਸਭ ਤੋਂ ਪਹਿਲਾ ਕੁਐਸਚਨ ਇਹ ਬਣਦਾ ਵੀ ਆਈ ਕਿੱਥੋਂ ਆ, ਕਿੱਥੇ ਅਪਲੋਡ ਹੋਈ, ਕਿੱਥੇ ਕਿਹੜੇ ਚੈਨਲ ਕੋਲੇ ਗਈ, ਇਹਦੇ ਬਾਰੇ ਕੁਝ ਪਤਾ ਲੱਗਿਆ? ਇਹ ਬਿਲਕੁਲ, ਇਹ ਨਾ ਦਰਅਸਲ ਹੁਣ ਪੰਜਾਬ ਪੁਲਿਸ ਕਹਿ ਲਓ ਜਾਂ ਇੰਡੀਅਨ ਪੁਲਿਸ ਕਹਿ ਲਓ, ਉਹਦੇ ਲਈ ਵੀ ਇਹ ਜਾਂਚ ਦਾ ਵਿਸ਼ਾ ਬਣ ਗਿਆ ਤੇ ਉਹ ਜਾਂਚ ਪੜਤਾਲ ਕਰਨ ਜੁਟ ਵੀ ਗਏ ਨੇ। ਉਹਨਾਂ ਨੂੰ ਇਹ ਸਭ ਤੋਂ ਵੱਡਾ ਜਿਹੜਾ ਸਵਾਲ ਹੈ ਕਿ ਅੰਮ੍ਰਿਤਪਾਲ ਸਿੰਘ ਹੈ ਕਿੱਥੇ, ਉਹਦਾ ਉੱਤਰ ਇਸੇ ਢੰਗ ਨਾਲ ਮਿਲ ਸਕਦਾ ਹੈ ਕਿ ਵੀਡੀਓ ਸਭ ਤੋਂ ਪਹਿਲਾਂ ਪਾਈ ਕਿੰਨੇ। ਇਸ ਵੇਲੇ ਜਿਹੜੀ ਮੁੱਖ ਚਰਚਾ ਹੋ ਰਹੀ ਹੈ, ਜਿਹੜਾ ਇਸ ਵੀਡੀਓ ਦੇ ਨਾਲ ਸੰਬੰਧਿਤ ਉੱਤਰ ਆਉਂਦਾ, ਉਹ ਇਹੀ ਹੈ ਕਿ ਇੱਕ ਵਿਦੇਸ਼ੀ ਪੰਜਾਬੀ ਚੈਨਲ ਹੈ ਜਿਹੜਾ ਕਿਸੇ ਬਾਹਰਲੀ ਕੰਟਰੀ ਤੋਂ ਚੱਲਦਾ ਹੈ, ਉਹਨੇ ਸਭ ਤੋਂ ਪਹਿਲਾਂ ਇਹ ਵੀਡੀਓ ਸ਼ੇਅਰ ਕੀਤੀ। ਉਸਦੇ ਕੁਝ ਪਲੇਟਫਾਰਮ ਭਾਰਤ ਦੇ ਵਿੱਚ ਬੈਨ ਵੀ ਨੇ, ਪਰ ਫਿਰ ਵੀ ਉਹ ਵੀਡੀਓ ਉਹਨਾਂ ਨੇ ਹੀ ਪਾਈ। ਦੂਜਾ ਇਹਦੇ ਨਾਲ ਸੰਬੰਧਿਤ ਇੱਕ ਮੈਂ ਹੋਰ ਤੁਹਾਨੂੰ ਗੱਲ ਦੱਸ ਦਿਆਂ, ਇਹ ਮੰਨਿਆ ਜਾ ਰਿਹਾ ਕਿ ਮਹਾਰਾਸ਼ਟਰ ਦੇ ਨਾਲ ਸੰਬੰਧਿਤ ਇੱਕ ਸਿੱਖ ਸੰਪਰਦਾ ਹੈ ਜਿਨ੍ਹਾਂ ਦੇ ਨਾਲ ਪੁਲਿਸ ਦੀ ਗੱਲਬਾਤ ਵੀ ਚੱਲ ਰਹੀ ਹੈ ਤੇ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਗੱਲਬਾਤ ਵੀ ਮੰਨਿਆ ਇਹ ਜਾ ਰਿਹਾ ਕਿ ਇਹ ਵੀਡੀਓ ਵੀ ਹੋ ਸਕਦਾ ਉਹਨਾਂ ਦੇ ਕਿਸੇ ਡੇਰੇ ਦੇ ਵਿੱਚ ਸ਼ੂਟ ਕੀਤੀ ਗਈ ਹੋਵੇ, ਜਾਂ ਉਹਨਾਂ ਨੇ ਕਿਸੇ ਤਰੀਕੇ ਨਾਲ ਅੰਮ੍ਰਿਤਪਾਲ ਸਿੰਘ ਤੋਂ ਲੈ ਕੇ ਉਸ ਵਿਦੇਸ਼ੀ ਚੈਨਲ ਤੱਕ ਪਹੁੰਚਦੀ ਕੀਤੀ ਹੋਵੇ। ਇਸ ਵੇਲੇ ਤੇ ਜਿੰਨੇ ਕੁ ਲੋਕ, ਜਿੰਨੇ ਕੁ ਮੀਡੀਆ ਅਦਾਰੇ ਇਸ ਵੀਡੀਓ ਨੂੰ ਪਾ ਚੁੱਕੇ ਨੇ, ਹੁਣ ਇਹ ਲੱਭਣਾ ਵੈਸੇ ਕਾਫੀ ਔਖਾ ਹੈ, ਪਰ ਇਹ ਵੀਡੀਓ ਸ਼ਾਇਦ 12-1 ਵਜੇ ਉਸ ਵਿਦੇਸ਼ੀ ਚੈਨਲ ਤੇ ਅਪਲੋਡ ਹੋਈ ਸੀ। ਜੀ ਬਰਾੜ ਸਾਹਿਬ, ਇਹ ਵੀਡੀਓ ਆਉਂਦੀ ਹੈ, ਇਹ ਵੀਡੀਓ ਲੋਕਾਂ ਦੇ ਮੋਬਾਈਲਾਂ 'ਚ ਚਲੀ ਜਾਂਦੀ ਹੈ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਜਿਹੜੀ ਸੋਸ਼ਲ ਮੀਡੀਆ 'ਤੇ ਆਮ ਲੋਕ ਕੀ ਚਰਚਾ ਕਰ ਰਹੇ ਆ, ਜਾਂ ਆਸੇ ਪਾਸੇ ਲੋਕ ਕੀ ਚਰਚਾ ਕਰ ਰਹੇ, ਉਹਨਾਂ ਦੇ ਕੀ ਪ੍ਰਤੀਕਿਰਿਆ? ਦੇਖੋ, ਇੱਕ ਇਹ ਵੀਡੀਓ ਜਦੋਂ ਜਿਵੇਂ ਜਿਵੇਂ ਵਾਇਰਲ ਹੋਈ ਆ, ਹਰੇਕ ਕੋਈ ਕੁਛ ਨਾ ਕੁਛ ਕਹਿ ਜ਼ਰੂਰ ਰਿਹਾ। ਇੱਕ ਖਾਸ ਪਾਰਟੀ ਵਾਲੇ ਨੇ, ਜੋ ਆਪਦੀ ਪਾਰਟੀ ਨੂੰ ਬਹੁਤੀ ਖਾਸ ਨਹੀਂ ਮੰਨਦੇ, ਉਹਨਾਂ ਦੇ ਸਮਰਥਕ ਕਹਿ ਰਹੇ ਨੇ ਕਿ ਅੱਜ ਦੀ ਵੀਡੀਓ ਤੋਂ ਬਾਅਦ ਇਹ ਸਪਸ਼ਟ ਹੋ ਗਿਆ ਕਿ ਅੰਮ੍ਰਿਤਪਾਲ ਸਿੰਘ ਤਾਂ ਬਾਦਲਾਂ ਦਾ ਬੰਦਾ। ਜੇ ਕੋਈ ਉਹਨਾਂ ਨੂੰ ਪੁੱਛੇ ਕਿ ਭਾਈ ਤਰਕ ਦੱਸੋ ਤਰਕ ਕੀ ਹੈ, ਤਾਂ ਉਹ ਸੋਸ਼ਲ ਮੀਡੀਆ ਤੇ ਇਹ ਤਰਕ ਦੇਣ ਦੇ ਨਜ਼ਰ ਆਉਂਦੇ ਆ ਕਿ ਅੰਮ੍ਰਿਤਪਾਲ ਸਿੰਘ ਜਥੇਦਾਰ ਦੀ ਗੱਲ ਮੰਨਣ ਨੂੰ ਕਹਿ ਰਿਹਾ, ਤੇ ਜਥੇਦਾਰ ਸਾਨੂੰ ਸਾਰਿਆਂ ਨੂੰ ਪਤਾ ਕਿ ਕਿਹਦੀ ਗੱਲ ਮੰਨਣ ਨੂੰ ਕਹਿੰਦਾ, ਜਥੇਦਾਰ ਬਾਦਲਾਂ ਦੇ ਇਸ਼ਾਰੇ ਤੇ ਚੱਲਦਾ, ਇਹ ਉਹ ਕਹਿ ਰਹੇ ਨੇ। ਦੂਸਰਾ ਸਭ ਤੋਂ ਵੱਡਾ ਸਵਾਲ ਤੇ ਇਹ ਹੈ ਕਿ ਪੁਲਿਸ ਦੇ ਰੋਲ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਵੱਡਾ ਜਿਹੜਾ ਸਵਾਲੀਆ ਚਿੰਨ ਲਗਾਇਆ ਜਾ ਰਿਹਾ ਕਿ ਪੁਲਿਸ ਨੂੰ ਪਤਾ ਹੀ ਨਹੀਂ ਲੱਗਿਆ। 12-14 ਦਿਨ ਹੋ ਗਏ ਅੱਜ, ਬੰਦਾ ਕਿੱਥੇ ਸੀ, ਕਿੱਥੋਂ ਗਿਆ, ਇੰਟਰਨੈਟ ਬੰਦ ਰੱਖਿਆ, ਬਹੁਤ ਕੁਛ ਪੁਲਿਸ ਨੇ ਹੱਥਕੰਡੇ ਅਪਣਾਏ, ਪਰ ਇਸ ਦੇ ਬਾਵਜੂਦ ਸਭ ਕੁਛ ਉਵੇਂ ਹੀ ਚੱਲ ਰਿਹਾ ਜਿਵੇਂ ਪਹਿਲਾਂ ਸੀ। ਕੁਛ ਬੰਦੇ ਸਵਾਲ ਇਹ ਵੀ ਉਠਾ ਰਹੇ ਨੇ, ਸੋਸ਼ਲ ਮੀਡੀਆ ਦੇ ਉੱਤੇ ਇੱਕ ਧੜਾ ਇਹ ਵੀ ਕਹਿ ਰਿਹਾ ਕਿ ਅੰਮ੍ਰਿਤਪਾਲ ਸਿੰਘ ਬੀਜੇਪੀ ਦਾ ਸਪੋਰਟਰ ਹੈ, ਉਹ ਬੀਜੇਪੀ ਦੇ ਲਈ 2024 ਦਾ ਖੇਤ ਤਿਆਰ ਕਰ ਰਿਹਾ। ਕੋਈ ਕਹਿੰਦਾ ਕਿ ਇਹ ਤਾਂ ਸਿਰਫ ਆਪ ਦਾ ਅਕਸ ਵਿਗਾੜਨ ਦੇ ਲਈ ਆਇਆ ਹੋਇਆ। ਜੇ ਗੱਲ ਇੰਡੀਆ ਲੈਵਲ ਤੇ ਲੱਗੇ ਤੇ ਉਹ ਕਹਿੰਦੇ ਨੇ ਕਿ ਆਪਦਾ ਅਕਸ ਇਸ ਤਰ੍ਹਾਂ ਵਿਗਾੜੇਗਾ ਕਿ ਲਾਅ ਐਂਡ ਆਰਡਰ ਦੀ ਸਥਿਤੀ ਸਾਰਿਆਂ ਦੇ ਸਾਹਮਣੇ ਉਸਨੇ ਸਾਫ਼ ਕਰ ਦਿੱਤੀ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਵਾਂਗਡੋਰ ਹੈ ਉਹ ਠੀਕ ਹੱਥਾਂ ਦੇ ਵਿੱਚ ਨਹੀਂ। ਕਈ ਫੇਸਬੁੱਕ ਤੇ ਆਪੇ ਹੀ ਬਣੇ ਵਿਦਵਾਨ ਨੇ ਜਿਹੜੇ ਉਹ ਇਹ ਵੀ ਕਹਿ ਰਹੇ ਨੇ ਕਿ ਇਹ ਸਾਰਾ ਕੁਛ ਪ੍ਰੈਸੀਡੈਂਟ ਰੂਲ ਲਾਉਣ ਦੀ ਇੱਕ ਕੜੀ ਦਾ ਹਿੱਸਾ ਹੈ। ਇਸੇ ਤਰੀਕੇ ਨਾਲ ਕਈ ਕਿਸਮ ਦੀਆਂ ਹੋਰ ਵੀ ਚਰਚਾਵਾਂ ਚੱਲ ਰਹੀਆਂ ਨੇ। ਅੰਮ੍ਰਿਤਪਾਲ ਸਿੰਘ ਦੇ ਜਿਹੜੇ ਸਾਥੀ ਨੇ ਉਹ ਇਹ ਕਹਿ ਰਹੇ ਨੇ ਕਿ ਇਹ ਵੀ ਹੋ ਸਕਦਾ ਕਿ ਇਹ ਵੀਡੀਓ ਧੱਕੇ ਨਾਲ ਬਣਵਾਈ ਗਈ ਹੋਵੇ। ਕੋਈ ਕਹਿ ਰਿਹਾ ਕਿ ਉਹਨੇ ਇਸ ਮਹੀਨੇ ਦੇ ਵਿੱਚ ਲੋਈ ਲਈ ਹੋਈ ਹੈ, ਹਾਲਾਂਕਿ ਇੰਨੀ ਬਹੁਤੀ ਠੰਡ ਨਹੀਂ, ਗਰਮੀ ਵੀ ਨਹੀਂ, ਤੇ ਲੋਈ ਕਿਉਂ ਲਈ ਹੈ। ਕੋਈ ਕਹਿ ਰਿਹਾ ਜੀ ਉਹਦੀ ਬਾਡੀ ਲੈਂਗੁਏਜ ਦੇ ਉੱਤੇ ਸਵਾਲ ਉਠਾ ਰਿਹਾ ਕਿ ਇਸ ਤਰ੍ਹਾਂ ਦਾ ਉਹ ਬੰਦਾ ਨਹੀਂ ਜਿਸ ਤਰੀਕੇ ਨਾਲ ਉਸਨੇ ਠੰਡੇ ਮਤੇ ਦੇ ਨਾਲ ਗੱਲ ਕੀਤੀ ਹੈ। ਇੱਥੋਂ ਤੱਕ ਕਿ ਕਈ ਬੰਦਿਆਂ ਦੇ ਤੁਸੀਂ ਵੀ ਦੇਖੇ ਹੋਣਗੇ,
ਉਹ ਕਹਿੰਦੇ ਨੇ ਕਿ ਲੋਈ ਇਸ ਲਈ ਦਿੱਤੀ ਹੈ ਕਿ ਉਹਦੇ ਸਰੀਰ ਤੇ ਕੁੱਟਮਾਰ ਹੋਈ ਹੋਵੇਗੀ, ਕੋਈ ਕਹਿੰਦਾ ਜੀ ਉਹਦੇ ਮੈਂ ਮੱਥੇ ਤੇ ਰੋਬੜਾ ਦੇਖਿਆ। ਸੋ ਸੋਸ਼ਲ ਮੀਡੀਆ ਤੇ ਅਜੀਬੋ ਗਰੀਬ ਕਿਸਮ ਦੀ ਇੱਕ ਚਰਚਾ ਜਈ ਛਿੜ ਗਈ ਹੈ ਜੀ ਬਰਾੜ ਸਾਹਿਬ। ਅੱਗੇ ਆਉਂਦਾ ਵੀ ਵੀਡੀਓ ਦੇ ਵਿੱਚ ਉਹਨਾਂ ਨੇ ਕੀ ਮੈਸੇਜ ਦੇਣ ਦੀ ਕੀਤਾ ਹੈਗਾ, ਕੀ ਉਹਨਾਂ ਨੇ ਮੈਸੇਜ ਕਨਵੇ ਕਰਨ ਦੀ ਕੋਸ਼ਿਸ਼ ਕੀਤੀ ਹੈ, ਅਤੇ ਕੀ ਉਹ ਪੋਜ਼ਿਟਿਵ ਆ ਕਿ ਕੀ ਉਹਨਾਂ ਨੇ ਕੋਈ ਇਸ ਦੇ ਵਿੱਚ ਖਾਲਿਸਤਾਨ ਦਾ ਵੀ ਕੋਈ ਜ਼ਿਕਰ ਕੀਤਾ ਜਾਂ ਕੋਈ ਕੀ ਕੀਤਾ ਉਹਦੇ ਵਿੱਚ? ਮੁੱਖ ਤੌਰ ਤੇ ਉਹਨਾਂ ਨੇ ਸਭ ਤੋਂ ਪਹਿਲਾਂ ਤਾਂ ਪੁਲਿਸ ਦੇ ਉੱਤੇ ਇੱਕ ਸਵਾਲ ਖੜਾ ਕੀਤਾ। ਉਹਨਾਂ ਨੇ ਕਿਹਾ ਕਿ ਪਹਿਲੀ ਗੱਲ ਤੇ ਇਹ ਮੈਨੂੰ ਇੰਨਾ ਨਹੀਂ ਸੀ ਪਤਾ ਕਿ ਪੁਲਿਸ ਇੰਨਾ ਵੱਡਾ ਕੋਈ ਕੰਮ ਕਰੇਗੀ, ਸਾਨੂੰ ਸਿਰਫ ਕਿ ਅਸੀਂ ਮੁਕਤਸਰ ਸਾਹਿਬ ਤੋਂ ਇੱਕ ਖਾਲਸਾ ਵਹੀਰ ਸ਼ੁਰੂ ਕਰਨੀ ਹੈ ਤੇ ਸਾਨੂੰ ਸਾਡੀ ਖਾਲਸਾ ਵਹੀਰ ਨੂੰ ਰੋਕਣ ਦੇ ਲਈ ਪੁਲਿਸ ਕੋਈ ਐਕਸ਼ਨ ਲੈ ਰਹੀ ਹੈ। ਉਹ ਕਹਿੰਦੇ ਬਾਕੀ ਦੀ ਗੱਲਬਾਤ ਦਾ ਤੇ ਸਾਨੂੰ ਕੋਈ ਪਤਾ ਹੀ ਨਹੀਂ ਸੀ। ਦੂਜੀ ਗੱਲ ਉਹ ਇਹ ਕਹਿ ਰਹੇ ਨੇ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਮੈਂ ਬਿਲਕੁਲ ਠੀਕ ਠਾਕ ਹਾਂ, ਪੁਲਿਸ ਮੇਰਾ ਵਾਲ ਵੀ ਵਿੰਗਾ ਨਹੀਂ ਕਰ ਸਕਦੀ। ਇਹ ਸ਼ਬਦਾਵਲੀ ਸਾਰੇ ਪੰਜਾਬ ਨੇ ਬਲਕਿ ਸਾਰੇ ਭਾਰਤ ਨੇ ਸੁਣ ਲਈ ਹੋਵੇਗੀ, ਇਹ ਗੱਲ ਵੀ ਉਹਨਾਂ ਨੇ ਵਿੱਚ ਆਖੀ ਹੈ। ਤੀਜੀ ਸਭ ਤੋਂ ਮਹੱਤਵਪੂਰਨ ਗੱਲ ਜਿਹੜੀ ਉਹਨਾਂ ਨੇ ਕਹੀ ਹੈ, ਉਹ ਉਹਨਾਂ ਨੇ ਇੱਕ ਸੰਦੇਸ਼ ਦਿੱਤਾ ਹੈ ਨਾ ਸਿਰਫ ਜਥੇਦਾਰ ਅਕਾਲ ਤਖਤ ਨੂੰ ਬਲਕਿ ਸਾਰੀ ਸਮੁੱਚੀ ਸਿੱਖ ਕੌਮ ਨੂੰ। ਉਹਨਾਂ ਨੇ ਇੱਕ ਮੈਸੇਜ ਲਾਇਆ ਕਿ ਜਥੇਦਾਰ ਸਾਹਿਬ ਇਸ ਵੇਲੇ ਸਰਬੱਤ ਖਾਲਸਾ ਦੀ ਕੌਲ ਰੱਖਣ ਤੇ ਸਰਬੱਤ ਖਾਲਸਾ ਲਈ ਜਿਹੜਾ ਹੈ ਵਿਸਾਖੀ ਦਾ ਦਿਨ ਚੂਜ਼ ਕਰਨ, ਤੇ ਉਸ ਤੋਂ ਬਾਅਦ ਕੁਛ ਜਿਹੜੇ ਵੱਡੇ ਫੈਸਲੇ ਆ ਉਹ ਜਥੇਦਾਰ ਸਾਹਿਬ ਨੂੰ ਲੈਣੇ ਹੋਣਗੇ। ਜੀ ਬਰਾੜ ਸਾਹਿਬ, ਅੱਗੇ ਗੱਲ ਆਉਂਦੀ ਆ ਵੀ ਨੈਸ਼ਨਲ ਮੀਡੀਆ ਨੇ ਤਾਂ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਕਿਤੇ ਤਾਂ ਪਾਕਿਸਤਾਨ ਪਹੁੰਚਾਤਾ, ਕਿਤੇ ਨੇਪਾਲ ਪਹੁੰਚਾਤਾ, ਕਿਤੇ ਕਿੱਥੇ ਪਹੁੰਚਾਤਾ, ਅਤੇ ਹੁਣ ਨੈਸ਼ਨਲ ਮੀਡੀਆ ਨੇ ਜੋ ਅਲੱਗ ਅਲੱਗ ਦਿਖਾ ਰਹੇ ਸੀ ਵੀ ਇੱਥੇ ਚਲੇ ਗਏ, ਉਹ ਇਸ ਚੀਜ਼ 'ਤੇ ਮਾਫ਼ੀ ਵੀ ਮੰਗੂਗੀ ਵੀ ਸਾਡੀ ਖਬਰ ਕਿੰਨੀ ਕੁ ਸੱਚ ਸੀਗੀ ਜਾਂ ਕੁਛ ਉਸ ਦੇ ਬਾਰੇ ਕੋਈ ਪ੍ਰਤੀਕਿਰਿਆ? ਬਹੁਤ ਵਧੀਆ ਸਵਾਲ ਤੁਹਾਡਾ ਬਰਾੜ ਸਾਹਿਬ। ਮੈਂ ਤੁਹਾਨੂੰ ਦੱਸਦਾ ਕਿ ਨੈਸ਼ਨਲ ਮੀਡੀਆ ਨੇ ਸ਼ੁਰੂਆਤ ਜਿੱਥੋਂ ਕੀਤੀ ਹੈ, ਪਹਿਲਾਂ ਤਾਂ ਕਹਿ ਰਹੇ ਜੀ ਇੱਕ ਖਾਲਿਸਤਾਨੀ ਫੜ ਲਿਆ, ਪਹਿਲਾਂ ਕਹਿ ਰਹੇ ਕਿ ਸ਼ਾਹਕੋਟ ਦੇ ਵਿੱਚ ਅਰੈਸਟ ਹੋ ਗਈ ਹੈ, ਬਾਅਦ ਚ ਅੱਧੇ ਘੰਟੇ ਬਾਅਦ ਸਾਰੀ ਮੀਡੀਆ ਬਿਆਨ ਬਦਲ ਰਹੀ ਹੈ, ਨਾ ਸਿਰਫ ਨੈਸ਼ਨਲ ਮੀਡੀਆ ਬਲਕਿ ਆਪਣੀ ਪੰਜਾਬ ਵਾਲੀ ਮੀਡੀਆ ਵੀ। ਉਸ ਤੋਂ ਬਾਅਦ ਥੋੜੇ ਦਿਨਾਂ ਬਾਅਦ ਦਿਖਾਇਆ ਜਾਂਦਾ ਜੀ ਉਹ ਪਟਿਆਲਾ ਪਹੁੰਚ ਗਿਆ, ਹੁਣ ਉਹ ਹਰਿਆਣਾ ਪਹੁੰਚ ਗਿਆ, ਉਸਨੇ ਕਿਸ਼ਤੀ ਨਾਲ ਸਮੁੰਦਰ ਉਹ ਪਾਰ ਕੀਤਾ, ਦਰਿਆ ਪਾਰ ਕੀਤਾ ਹਰਿਆਣੇ, ਉਸਨੇ ਕਿਸੇ ਨੂੰ ਬੰਦੂਕ ਵਿਖਾ ਕੇ ਸਕੂਟੀ ਲੈ ਲਈ ਹੈ ਜੀ, ਹੁਣ ਉਹ ਦਿੱਲੀ ਚਲਿਆ ਗਿਆ, ਹੁਣ ਉੱਤਰਾਖੰਡ ਚਲਿਆ ਗਿਆ, ਨੇਪਾਲ ਦੇ ਬਾਰਡਰ ਤੇ ਚਲਾ ਗਿਆ, ਯੂਪੀ ਹੋ ਕੇ ਉਸਨੇ ਨੇਪਾਲ ਚਲੇ ਜਾਣਾ। ਸੋ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਇਹ ਘੰਟੇ ਘੰਟੇ ਬਾਅਦ ਵੀ ਬਦਲਦੇ ਰਹੇ ਨੇ। ਰਾਤ ਕੁਛ ਖਬਰ ਹੋਰ ਆਉਂਦੀ ਹੈ, ਦਿਨੇ ਕੁਛ ਹੋਰ ਆਉਂਦੀ ਹੈ, ਪਰ ਜਿਹੜੀ ਗੱਲ ਮਾਫ਼ੀ ਮੰਗਣ ਦੀ ਹੈ ਇਹ ਕਿਸੇ ਵੀ ਮੀਡੀਆ ਹਾਊਸ ਨੇ ਨਹੀਂ ਮੰਗੀ, ਇਹ ਆਪਾਂ ਨੂੰ ਵੀ ਸ਼ਰੇਆਮ ਪਤਾ ਲੱਗ ਰਿਹਾ, ਜਿਹੜੇ ਵੇਖਣ ਵਾਲੇ ਨੇ ਜਿਹੜੇ ਦਰਸ਼ਕ ਨੇ ਉਹਨਾਂ ਨੂੰ ਵੀ ਪਤਾ ਲੱਗ ਰਿਹਾ ਕਿ ਹਾਲ ਦੀ ਘੜੀ ਜਿਹੜੀ ਮੀਡੀਆ ਹੈ ਇਹ ਮਿਸ ਇਨਫੋਰਮੇਸ਼ਨ ਫੈਲਾ ਰਹੀ ਹੈ, ਇਸ ਤੋਂ ਇਲਾਵਾ ਹੋਰ ਕੁਛ ਵੀ ਨਹੀਂ। ਫਿਰ ਵੀ ਲੋਕ ਟੀਵੀਆਂ ਦੇ ਨਾਲ ਚਿਪਕੇ ਹੋਏ ਨੇ, ਕੋਈ ਬੰਦਾ ਇਹ ਸਵਾਲ ਨਹੀਂ ਉਠਾ ਰਿਹਾ ਕਿ ਮੀਡੀਆ ਹਾਊਸਸ ਨੂੰ ਮਾਫ਼ੀ ਮੰਗਣੀ ਚਾਹੀਦੀ ਹੈ ਕਿ ਨਹੀਂ। ਤੁਹਾਨੂੰ ਪਤਾ ਹੋਵੇਗਾ ਪਹਿਲੇ ਦਿਨਾਂ ਦੇ ਵਿੱਚ ਜਦੋਂ ਇਹ ਸਾਰਾ ਮਾਮਲਾ ਹੋਇਆ ਉਦੋਂ ਇੱਕ ਮੀਡੀਆ ਅਦਾਰੇ ਨੇ, ਰੈਪਿਊਟਡ ਮੀਡੀਆ ਅਦਾਰਾ ਸੀ, ਉਸਨੇ ਖਬਰ ਚਲਾ ਦਿੱਤੀ ਕਿ ਅੰਮ੍ਰਿਤਪਾਲ ਸਿੰਘ ਆਪਣੀ ਪਤਨੀ ਦੀ ਕੁੱਟਮਾਰ ਕਰਦਾ ਰਿਹਾ। ਫਿਰ ਉਸੇ ਮੀਡੀਆ ਚੈਨਲ ਨੇ ਇਹ ਖਬਰ ਚਲਾਈ ਕਿ ਉਸਦੀ ਪਤਨੀ ਨੇ ਸਾਹਮਣੇ ਆ ਕੇ ਕਹਿ ਦਿੱਤਾ ਕਿ ਮੈਂ ਅੰਮ੍ਰਿਤਪਾਲ ਸਿੰਘ ਨੂੰ ਸਮਰਪਿਤ ਹਾਂ, ਉਹ ਜਿੱਥੇ ਕਹੇਗਾ ਮੈਂ ਉਹਦੇ ਨਾਲ ਰਵਾਂਗੀ, ਜੇ ਉਹ ਅਰੈਸਟ ਵੀ ਹੋ ਜਾਂਦਾ ਤੇ ਮੈਂ ਉਹਦੀ ਖਾਲਸਾ ਵਹੀਰ ਤੇ ਜਿਹੜਾ ਪ੍ਰਚਾਰ ਦਾ ਕੰਮ ਮੈਂ ਕਰਾਂਗੀ। ਫਿਰ ਖੁਦ ਉਹ ਦੱਸੇ ਕਿ ਇੱਕ ਖਬਰ ਦੇ ਵਿੱਚ ਕਹਿ ਰਿਹਾ ਕਿ ਉਹਦੀ ਪਤਨੀ ਕਹਿ ਰਹੀ ਪ੍ਰਚਾਰ ਦਾ ਕੰਮ ਕਰਾਂਗੀ, ਇੱਕ ਚ ਕਹਿ ਰਹੇ ਨੇ ਕਿ ਉਹਦੇ ਨਾਲ ਕੁੱਟਮਾਰ ਹੋਈ ਹੈ, ਇਹ ਸਾਰਾ ਕੁਝ ਚਲਾਉਂਦੇ ਨੇ ਪਰ ਮਾਫ਼ੀ ਕਿਤੇ ਨਹੀਂ ਮੰਗ ਰਹੇ। ਜੀ ਬਰਾੜ ਸਾਹਿਬ, ਅੱਗੇ ਇੱਕ ਹੋਰ ਕੁਐਸਚਨ ਹੁੰਦਾ ਵੀ ਨੈਸ਼ਨਲ ਮੀਡੀਆ ਨੇ ਤਾਂ ਪਹਿਲਾਂ ਬੜਾ ਸਿੱਖਾਂ ਦਾ ਭੰਡੀ ਪ੍ਰਚਾਰ ਕੀਤਾ ਸੀ ਵੀ ਆਏ ਆਏ ਆ, ਵੀ ਉਹ ਪੂਰੀ ਕਲਿੱਪ ਚਲਾ ਰਹੇ ਆ ਇਹਦੇ ਵਿੱਚ ਕਿ ਕਿਵੇਂ ਕਰ ਰਹੇ, ਉਹ ਤਾਂ ਹਜੇ ਵੀ ਛੋਟੀ ਜਿਹੀ ਕਲਿੱਪ ਚਲਾ ਕੇ ਕਹਿ ਰਹੇ ਆ ਵੀ ਅੱਗ ਬਬੂਲ ਰਹੇ ਆ, ਅੱਗ ਬੂਲ ਰਹੇ ਆ, ਅਤੇ ਵਾਕਈ ਅੱਗ ਬਬੂਲ ਰਹੇ ਆ ਇਹਦੇ ਵਿੱਚ ਵੀਡੀਓ ਦੇ ਵਿੱਚ ਕਿ ਕੋਈ ਉਹਨਾਂ ਨੇ ਕੋਈ ਇਹੋ ਜਿਹਾ ਸ਼ਬਦ ਕਿਹਾ ਵੀ ਤੁਸੀਂ ਮਾਰ ਕੁੱਟ ਕਰੋ ਜਾਂ ਇਹੋ ਜਿਹਾ? ਤੁਸੀਂ ਨਹੀਂ, ਮਾਰ ਕੁਟਾਈ ਦੀ ਕੋਈ ਖਬਰ ਨਹੀਂ, ਉਹਨਾਂ ਨੇ ਜਿਹੜੀ ਵੀ ਗੱਲ ਆ ਬਹੁਤ ਠੰਡੇ ਮਤੇ ਦੇ ਨਾਲ ਕਹੀ ਹੈ, ਕਿਤੇ ਵੀ ਉਹਨਾਂ ਨੇ ਅੱਜ ਵੱਖਵਾਦੀ ਗੱਲ ਵੀ ਨਹੀਂ ਕਹੀ। ਤੁਸੀਂ ਹੈਰਾਨ ਹੋਵੋਗੇ ਸਾਰੀ ਕਲਿੱਪ ਸੁਣ ਕੇ, ਜਿਹੜੀ ਗੱਲਬਾਤ ਹੈ ਬਹੁਤ ਸਾਫ਼ ਦੇ ਸਪਸ਼ਟ ਸ਼ਬਦਾਂ ਦੇ ਵਿੱਚ ਕੀਤੀ ਹੈ। ਇਸ ਦੇ ਬਾਵਜੂਦ ਸੋਸ਼ਲ ਜਿਹੜਾ ਆਪਣਾ ਮੇਨ ਸਟ੍ਰੀਮ ਮੀਡੀਆ ਹੈ, ਖਾਸ ਕਰਕੇ 2-3 ਹਿੰਦੀ ਚੈਨਲ, ਉਹ ਅਜੇ ਵੀ ਜਿਹੜੇ ਥੰਬ ਨੇ ਲਾ ਰਹੇ ਨੇ ਉਹ ਬਹੁਤ ਭੜਕਾਊ ਲਾ ਰਹੇ ਨੇ। ਜੇ ਕੋਈ ਦੇਖੇ ਉਹਨਾਂ ਨੂੰ ਸਵਾਲ ਕਰਨਾ ਜ਼ਰੂਰ ਬਣਦਾ ਹੈ ਪੰਜਾਬ ਦੇ ਵਿੱਚੋਂ, ਜਾਂ ਫਿਰ ਜਿਹੜੀਆਂ ਟੀਮਾਂ ਇਸ ਵੇਲੇ ਅੰਮ੍ਰਿਤਪਾਲ ਸਿੰਘ ਦੇ ਸੰਗੀ ਸਾਥੀ ਨੇ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਇੱਕ ਵਾਰੀ ਦੇਖੋ, ਠੀਕ ਹੈ ਅੰਮ੍ਰਿਤਪਾਲ ਸਿੰਘ ਗਲਤ ਹੈ ਜਾਂ ਠੀਕ ਹੈ ਉਹ ਬਾਅਦ ਦੀ ਗੱਲ ਹੈ, ਅਸੀਂ ਕਿਸੇ ਦੇ ਵਿਰੋਧੀ ਨਹੀਂ ਤੇ ਅਸੀਂ ਕਿਸੇ ਦੇ ਸਮਰਥਕ ਵੀ ਨਹੀਂ, ਪਰ ਇੰਨਾ ਕੁ ਕੰਮ ਜ਼ਰੂਰ ਕਰਨ ਲੀਗਲ ਟੀਮਾਂ, ਜਿਹੜਾ ਕੰਮ ਜਾਣ ਬੁੱਝ ਕੇ ਇੱਕ ਧਰਮ ਨੂੰ ਜਾਂ ਇੱਕ ਕੌਮ ਨੂੰ ਭੰਨਣ ਦੇ ਵਿੱਚ ਜਿਹੜਾ ਕੋਈ ਚੈਨਲ ਲਾ ਰਿਹਾ ਉਹਦੇ ਉੱਤੇ ਲੀਗਲ ਕਾਰਵਾਈ ਕਰਨੀ ਜ਼ਰੂਰ ਬਣਦੀ ਹੈ। ਮੈਂ ਤੁਹਾਨੂੰ ਵੀ ਦੱਸਾਂਗਾ ਆਪਾਂ ਜਿਹੜੇ ਆਪਣੇ ਸਰੋਤੇ ਨੇ ਉਹਨਾਂ ਦੇ ਨਾਲ ਆਪਾਂ ਥੰਬਨੇਲ ਵੀ ਜ਼ਰੂਰ ਆਪਾਂ ਲਾਉਣ ਦੀ ਕੋਸ਼ਿਸ਼ ਕਰਾਂਗੇ ਆਪਣੀ ਵੀਡੀਓ ਦੇ ਵਿੱਚ ਕਿ ਉਹ ਕਿਸ ਤਰੀਕੇ ਦੇ ਨਾਲ ਭੜਕੀਲੇ ਥੰਬਨੇਲ ਚਲਾਏ ਜਾ ਰਹੇ ਨੇ ਅੱਜ ਵੀ। ਜੀ ਬਰਾੜ ਸਾਹਿਬ, ਅੱਗੇ ਇੱਕ ਕੁਐਸਚਨ ਬਣ ਕੇ ਆਉਂਦਾ ਵੀ ਪੁਲਿਸ ਕਹਿ ਦਿੰਦੀ ਫੇਕ ਨਿਊਜ਼ ਦਾ ਨਾਂ ਚਲਾਓ, ਫੇਕ ਨਿਊਜ਼ ਦਾ ਨਾਂ ਚਲਾਓ, ਸੋਸ਼ਲ ਮੀਡੀਆ 'ਤੇ ਬੜਾ ਮੰਡਦੀ ਹੈ,
ਤੇ ਪਰ ਤੁਹਾਡੇ ਸਾਹਮਣੇ ਹੁਣ ਤਾਂ ਸਾਰੀਆਂ ਜਿਹੜੀਆਂ ਨੈਸ਼ਨਲ ਮੀਡੀਆ ਨੇ ਖਬਰਾਂ ਚਲਾਈਆਂ ਸੀ ਉਹ ਤਾਂ ਟੋਟਲੀ ਸਾਰੀਆਂ ਫੇਕ ਹੋਊਗੀਆਂ, ਉਹਦਾ ਪੂਰਾ ਤਰੀਕੇ ਨਾਲ ਚੱਲ ਰਿਹਾ ਵੀ ਇੱਥੇ ਐਂ ਹੋ ਗਿਆ, ਅਤੇ ਹੁਣ ਉਹਨਾਂ ਦੇ ਕੋਲ ਕਾਰਵਾਈ ਕਰਦੀ ਗੱਲ ਇੱਥੇ ਵੀ ਬਣਦੀ ਹੈ ਇਹ। ਅੱਗੇ ਕੁਐਸਚਨ ਇਹ ਆਉਂਦਾ ਵੀ ਅੰਮ੍ਰਿਤਪਾਲ ਸਿੰਘ ਸਵਾਲ, ਹਾਂਜੀ ਹਾਂਜੀ ਚਲੋ ਕਵਰ ਕਰੋ ਜੀ ਤੁਸੀਂ। ਜੀ ਜੀ ਮੈਂ ਇਹੀ ਕਹਿ ਰਿਹਾ ਸੀ ਕਿ ਸਵਾਲ ਤੁਹਾਡਾ ਬੜਾ ਜਾਇਜ਼ ਆ, ਹਰ ਕੋਈ ਬੰਦਾ ਇਹੀ ਕਹਿੰਦਾ, ਚਾਹੇ ਕੋਈ ਮੀਡੀਆ ਅਦਾਰਾ ਹੋਵੇ, ਚਾਹੇ ਕੋਈ ਆਪਣਾ ਜਿਹੜਾ ਹੈ ਆਗੂ ਹੋਵੇ, ਕੋਈ ਲੀਡਰ ਹੋਵੇ, ਕੋਈ ਰਾਜਨੀਤਿਕ ਬੰਦਾ ਹੋਵੇ, ਇਹ ਕਹਿੰਦੇ ਨੇ ਕਿ ਸੋਸ਼ਲ ਮੀਡੀਆ ਤੇ ਤੁਸੀਂ ਗਲਤ ਖਬਰ ਨਾ ਫੈਲਾਓ, ਫੇਕ ਨਿਊਜ਼ ਨਾ ਚਲਾਓ, ਪਰ ਮੇਨ ਸਟ੍ਰੀਮ ਮੀਡੀਆ ਜਿਹਨੂੰ ਕਿਤੇ ਵੱਧ ਲੋਕ ਫੋਲੋ ਕਰਦੇ ਨੇ ਉਹਨੂੰ ਕੋਈ ਕੁਛ ਨਹੀਂ ਕਹਿੰਦਾ। ਜੀ ਬਰਾੜ ਸਾਹਿਬ, ਹੁਣ ਤਾਂ ਫਿਰ ਮਤਲਬ ਇਹ ਟਾਈਮ ਹੋ ਜਾਣਾ ਵੀ ਜਿਹੜੇ ਟੀਵੀ ਤੇ ਚੈਨਲ ਚੱਲਦੇ ਆ ਉਹਨਾਂ ਨੂੰ ਦੇਖ ਕੇ ਆਖਿਆ ਕਰਨਗੇ, ਪਹਿਲਾਂ ਸਪਸ਼ਟੀਕਰਨ ਕਰਿਆ ਕਰਨਗੇ ਆਸੇ ਪਾਸੇ ਵੀ ਵਾਕਈ ਗੱਲ ਸਹੀ ਆ ਕਿ ਨਹੀਂ ਸਹੀ, ਪਹਿਲਾਂ 3-4 ਵਾਰੀ ਚੈੱਕ ਕਰਿਆ ਕਰਨਗੇ, ਯਕੀਨ ਕਰਨਾ ਔਖਾ ਹੋ ਜਾਣਾ ਜਿਵੇਂ ਕਿ ਅੱਜ ਸਵੇਰ ਤੋਂ ਇੱਕ ਟ੍ਰੋਲ ਚੱਲ ਰਿਹਾ ਕਿ ਅੱਗੇ ਤੋਂ ਪੱਤਰਕਾਰ ਖਬਰਾਂ ਦੇਣ ਵੇਲੇ ਕਿਆ ਕਰਨਗੇ ਕਿ ਮੈਂ ਫਲਾਣੀ ਫਲਾਣੀ ਸੌਂ ਖਾ ਕੇ ਕਹਿੰਦਾ, ਮੇਰਾ ਯਕੀਨ ਕਰੋ, ਸੱਚ ਜਾਣੋ, ਤਰਲੇ ਮਿੰਤਾਂ ਕਰਕੇ ਕਹਿੰਦੇ ਖਬਰ ਸੁਣਾਇਆ ਕਰਨਗੇ ਕਿ ਹਾਂ ਆਹ ਖਬਰ ਮੈਂ ਸੱਚੀ ਦੇ ਰਿਹਾ। ਜੀ ਬਰਾੜ ਸਾਹਿਬ, ਹਾਂ ਤੇ ਫਿਰ ਲੋਕ ਕੀ ਯਕੀਨ ਕਰਨਗੇ, ਸੌਂ ਖਾ ਕੇ ਕਰਨਗੇ, ਸੌਂ ਖਾਣਾ ਜੀ ਮੈਂ ਆਹ ਖਬਰ ਸੱਚੀ। ਅੱਗੇ ਕੁਐਸਚਨ ਬਣ ਕੇ ਆਉਂਦਾ ਵੀ ਅੰਮ੍ਰਿਤਪਾਲ ਸਿੰਘ ਦੀ ਕਹਿ ਰਹੇ ਸੀਗੇ ਵੀ ਇੰਟਰਵਿਊ ਹੋਣੀ ਆ ਕਿਤੇ ਅੰਮ੍ਰਿਤਸਰ ਜਾਂ ਕਿਤੇ ਮਤਲਬ ਹੋਰ ਕਿਤੇ ਕਹਿ ਰਹੇ ਸੀਗੇ, ਤੇ ਉਹਦੇ ਨਾਲ ਪੁਲਿਸ ਕਾਫੀ ਸਰਗਰਮ ਹੋ ਗਈ ਸੀਗੀ, ਤੇ ਇਹਦੇ ਬਾਰੇ ਦੱਸੋ ਵੀ ਇੰਟਰਵਿਊ ਕਿਸ ਨੇ ਲੈਣੀ ਸੀ ਤੇ ਕੀ ਉਹ ਸਾਰੀ ਗੱਲਬਾਤ ਹੈ। ਇਹ ਇਨੀਸ਼ੀਅਲ ਇਨਪੁਟ ਇਹੀ ਦੱਸੀ ਜਾ ਰਹੀ ਸੀ, ਅੱਜ ਇੱਕ ਦੋ ਅਖਬਾਰਾਂ ਨੇ ਵੀ ਕਵਰ ਕੀਤਾ, ਉਹਨਾਂ ਨੇ ਆਰਟੀਕਲ ਦੁਪਹਿਰ ਕੁ ਵੇਲੇ ਛਾਪੇ ਸੀ ਕਿ ਕੋਈ ਫੋਰਨ ਦਾ ਚੈਨਲ ਹੈ, ਵੱਡਾ ਚੈਨਲ ਜਿਹਨੂੰ ਇੰਟਰਨੈਸ਼ਨਲ ਤੁਸੀਂ ਨਿਊਜ਼ ਏਜੰਸੀ ਕਹਿ ਸਕਦੇ ਹੋ, ਉਹਨਾਂ ਨੇ ਜਲੰਧਰ ਦੇ ਵਿੱਚੋਂ ਕਹਿ ਰਹੇ ਸੀਗੇ ਕਿ ਇੱਕ ਇੰਟਰਵਿਊ ਦੇਣਾ ਜਿਹਦੇ ਵਿੱਚ ਉਹਨਾਂ ਨੇ ਠੋਕ ਵਜਾ ਕੇ ਆਪਣਾ ਪੱਖ ਰੱਖਣਾ, ਉਸ ਤੋਂ ਬਾਅਦ ਉਹ ਸਰੈਂਡਰ ਕਰ ਸਕਦੇ ਹਨ। ਸਕਦੇ ਹਨ ਵਰਡ ਮੈਂ ਦੁਬਾਰਾ ਕੋਟ ਕਰੂੰਗਾ ਕਿ ਉਹਨਾਂ ਨੇ ਇਹ ਖਦਸ਼ਾ ਜਿਤਾਇਆ ਸੀ ਕਿ ਇੰਟਰਵਿਊ ਵੀ ਕਰ ਸਕਦੇ ਹਨ ਤੇ ਸਰੈਂਡਰ ਕਰ ਸਕਦੇ ਹਨ। ਇਹ ਖਬਰ ਚੱਲਣ ਤੋਂ ਬਾਅਦ 2-3 ਥਾਵਾਂ ਤੇ ਪੁਲਿਸ ਬਹੁਤ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਤਾਇਨਾਤ ਕੀਤੀ ਗਈ, ਖਾਸ ਕਰਕੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਅਤੇ ਤਲਵੰਡੀ ਸਾਬੋ ਦੇ ਵਿੱਚ। ਹੁਣ ਵੀ ਗਰਾਊਂਡ ਤੇ ਜਿਹੜੇ ਲੋਕ ਮੌਜੂਦ ਨੇ ਉਹਨਾਂ ਨੂੰ ਪਤਾ ਹੈ ਕਿ ਤਲਵੰਡੀ ਸਾਬੋ ਦੇ ਵਿੱਚ ਕਦੇ ਵੀ ਦੀ ਬਹੁਤ ਘੱਟ ਹੁੰਦੀ ਆ, ਉਹ ਵੀ ਖਾਸ ਦਿਹਾੜਿਆਂ ਤੇ। ਮੰਨਿਆ ਕਿ ਖਾਸ ਦਿਹਾੜਾ ਹੁਣ ਵਿਸਾਖੀ ਆ ਰਿਹਾ 14 ਅਪ੍ਰੈਲ ਨੂੰ, ਪਰ ਹੁਣ ਇੰਨੀ ਵੱਡੀ ਜਿਹੜੀ ਉੱਥੇ ਤਾਇਨਾਤੀ ਦੇਖ ਕੇ ਸਵਾਲ ਉਠਾਏ ਜਾ ਰਹੇ ਨੇ ਕਿ ਹਾਂ ਕੀ ਇਹ ਉਹ ਥਾਂ ਜਾਂ ਫਿਰ ਅੰਮ੍ਰਿਤਸਰ ਸਾਹਿਬ ਜਾਂ ਫਿਰ ਅਨੰਦਪੁਰ ਸਾਹਿਬ, ਤਿੰਨਾਂ ਤੋਂ ਕੋਈ ਇੱਕ ਚੂਜ਼ ਕੀਤਾ ਜਾ ਸਕਦਾ ਅਜੇ ਵੀ, ਪਰ ਜਿਹੜਾ ਇੰਟਰਵਿਊ ਦੇਣਾ ਸੀ ਉਹ ਫਿਰ ਇੰਟਰਵਿਊ ਫਿਲਹਾਲ ਨਹੀਂ ਹੋਇਆ। ਜੀ ਬਰਾੜ ਸਾਹਿਬ, ਅੱਗੇ ਇੱਕ ਇਹ ਵੀ ਖਬਰ ਆਈ ਸੀ ਵੀ ਹੁਸ਼ਿਆਰਪੁਰ ਦੇ ਵਿੱਚ ਬੜੀ ਛਾਪੇਮਾਰੀ ਕੀਤੀ ਪੁਲਿਸ ਨੇ, ਛਾਪੇ ਮਾਰੇ ਐਂ ਕੀਤਾ, ਇਹਦੇ ਬਾਰੇ ਕੁਛ। ਕੱਲ ਰਾਤ ਦੀ ਖਬਰ ਹੈ, ਕੱਲ ਰਾਤ ਸ਼ਾਇਦ ਇਨਪੁਟ ਆ ਗਈ ਹੋਵੇ ਪੰਜਾਬ ਪੁਲਿਸ ਦੇ ਕੋਲੇ ਕਿ ਉਹਨਾਂ ਨੇ ਹੁਣ ਸਰੈਂਡਰ ਕਰਨਾ ਜਾਂ ਕੁਛ ਹੋਰ, ਇਸ ਕਰਕੇ ਹੁਸ਼ਿਆਰਪੁਰ ਦੇ ਵਿੱਚ ਇੱਕ ਫੋਰਚੂਨਰ ਤੇ ਇੱਕ ਇਨੋਵਾ ਕਾਰ ਨੂੰ ਲਗਾਤਾਰ ਟ੍ਰੇਲ ਕੀਤਾ ਗਿਆ ਪੰਜਾਬ ਪੁਲਿਸ ਵੱਲੋਂ। ਬਾਅਦ ਵਿੱਚ ਜਿਹੜੇ ਉਹ ਬੰਦੇ ਸੀਗੇ, ਫੋਰਚੂਨਰ ਤਾਂ ਖੈਰ ਨਹੀਂ ਟਰੇਸ ਹੋਈ, ਇੱਕ ਇਨੋਵਾ ਗੱਡੀ ਟਰੇਸ ਕਰ ਲਈ ਪੰਜਾਬ ਪੁਲਿਸ ਨੇ, ਉਹਦੇ ਵਿੱਚੋਂ ਕੁਛ ਲੋਈਆਂ ਕੁਛ ਕੰਬਲ ਮਿਲੇ, ਤੇ ਉਹ ਇਨੀਸ਼ੀਅਲੀ ਸ਼ੱਕ ਇਹ ਕੀਤਾ ਜਾ ਰਿਹਾ ਸੀ ਕਿ ਇਹਨਾਂ ਦੇ ਧੜੇ ਦੇ ਨਾਲ ਸੰਬੰਧਿਤ ਕੁਛ ਹੋ ਸਕਦਾ ਹੈ। ਬਾਅਦ ਵਿੱਚ ਜਦੋਂ ਛਾਣਬੀਣ ਕੀਤੀ ਦੇਖਿਆ ਉਸ ਜਿਹੜੀ ਗੱਡੀ ਦੀ RC ਪਲੇਟ ਹੁੰਦੀ ਹੈ ਉਹ ਵੀ ਫੇਕ ਸੀ, ਤੇ ਉਦੋਂ ਵੱਧ ਕੋਈ ਹੋਰ ਗੱਲਬਾਤ ਪੁਲਿਸ ਨੂੰ ਨਹੀਂ ਉਹਨਾਂ ਦੇ ਹੱਥ ਲੱਗੀ। ਜੀ ਬਰਾੜ ਸਾਹਿਬ, ਅੱਗੇ ਇੱਕ ਕੁਐਸਚਨ ਹੋਰ ਬਣ ਕੇ ਆਉਂਦਾ ਵੀ ਇੱਕ ਸਰਬੱਤ ਖਾਲਸਾ ਦੀ ਕਿਹੜੀ ਮੰਗ ਆ ਜਿਹੜੀ ਉਹਨਾਂ ਨੇ ਕਿਹਾ ਵੀ ਸਰਬੱਤ ਖਾਲਸਾ ਬੁਲਾਓ ਜਾਂ ਮੰਨ ਲਓ ਉਹਨਾਂ ਜੋ ਆਪਣੇ ਜਥੇਦਾਰ ਆ ਉਹਨਾਂ ਦੇ ਤੁਸੀਂ ਕਰੋ, ਹੈ ਨਾ, ਤੇ ਉਹ ਕਿਹੜੀ ਮੰਗਾਂ ਕੀ ਹੈਗਾ? ਜੀ ਦੇਖੋ, ਮੰਗਾਂ ਤਾਂ ਬਾਅਦ ਦੀ ਗੱਲ ਹੈ, ਪਰ ਫਿਲਹਾਲ ਅੱਜ ਮੰਗ ਜਿਹੜੀ ਅੰਮ੍ਰਿਤਪਾਲ ਸਿੰਘ ਨੇ ਰੱਖੀ ਹੈ ਅਕਾਲ ਤਖ਼ਤ ਦੇ ਜਥੇਦਾਰ ਹੋਰਾਂ ਦੇ ਸਾਹਮਣੇ ਕਿ ਤੁਸੀਂ 14 ਅਪ੍ਰੈਲ ਵਿਸਾਖੀ ਵਾਲੇ ਦਿਨ ਤਲਵੰਡੀ ਸਾਬੋ ਦਮਦਮਾ ਸਾਹਿਬ ਜਿਹੜਾ ਆਪਣਾ ਤਖ਼ਤ ਹੈ ਉੱਥੇ ਸਰਬੱਤ ਖਾਲਸਾ ਬੁਲਾਓ, ਸਾਰੀ ਸਿੱਖ ਸੰਗਤ ਉੱਥੇ ਆਵੇ ਤੇ ਪ੍ਰੋਪਰ ਜਿਹੜਾ ਪੰਥ ਦੀ ਰਵਾਇਤ ਹੈ ਉਹਦੇ ਨਾਲ ਉਹਨੂੰ ਫੋਲੋ ਕਰਕੇ ਉੱਥੇ ਸਰਬੱਤ ਖਾਲਸਾ ਸੱਦਿਆ ਜਾਵੇ, ਤੇ ਉੱਥੋਂ ਕੁਝ ਵੱਡੇ ਫੈਸਲੇ ਲੈਣ ਦੀ ਉਹ ਕਹਿੰਦੇ ਜ਼ਰੂਰਤ ਹੈ, ਤੇ ਕੌਮ ਨੂੰ ਇਸ ਵੇਲੇ ਕਹਿੰਦੇ ਵੱਡੇ ਫੈਸਲਿਆਂ ਦੀ ਸਖ਼ਤ ਜ਼ਰੂਰਤ ਹੈ, ਕਿਉਂਕਿ ਇਸ ਵੇਲੇ ਦੁਬਿਧਾ ਦੇ ਵਿੱਚ ਸਾਰਾ ਪੰਜਾਬ ਪਿਆ ਹੋਇਆ, ਸਾਰੀ ਸਿੱਖ ਕੌਮ ਪਈ ਹੋਈ ਹੈ, ਇਹ ਉਹਨਾਂ ਨੇ ਮੰਗ ਰੱਖੀ ਹੈ। ਇਹਦੇ ਨਾਲ ਜੁੜਦੀ ਅਗਲੀ ਗੱਲ ਇਹ ਹੈ ਕਿ ਅੰਮ੍ਰਿਤਪਾਲ ਸਿੰਘ ਨੇ ਤੇ ਇਹ ਮੰਗ ਰੱਖ ਦਿੱਤੀ ਹੈ, 2 ਦਿਨ ਪਹਿਲਾਂ ਜਦੋਂ ਆਪਣੇ ਗਿਆਨੀ ਹਰਪ੍ਰੀਤ ਸਿੰਘ ਜੀ ਮੀਡੀਆ ਦੇ ਮੁਖਾਤਬ ਹੋਏ, ਜਦੋਂ ਇਹਨਾਂ ਨੇ ਇੱਥੇ ਸਾਰੀਆਂ ਸੰਪਰਦਾਵਾਂ ਨੂੰ ਸੱਦਿਆ ਸੀ, ਉਦੋਂ ਇਹਨਾਂ ਨੇ ਖਾਲਸਾ ਵਹੀਰ ਦੀ ਮੰਗ ਰੱਖੀ ਸੀ। ਸੋ ਦੇਖਦੇ ਹਾਂ, ਕਿਉਂਕਿ ਜੇ ਗੱਲ ਕਰੀਏ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀ, ਉਹ ਇਕੱਲੇ ਆਪਦੇ ਪੱਧਰ ਤੇ ਸਰਬੱਤ ਖਾਲਸਾ ਦੀ ਕੌਲ ਨਹੀਂ ਦਿੱਤੇ, ਪਹਿਲਾਂ ਜਿਹੜਾ ਸਿੱਖ ਸਮਾਜ ਹੈ, ਸੰਪਰਦਾਵਾਂ ਨੇ ਸਾਰੀਆਂ, ਜਿਹੜੇ ਤਖ਼ਤਾਂ ਦੇ ਜਥੇਦਾਰ ਨੇ, ਸਿੰਘ ਸਾਹਿਬ ਨੇ, ਸਾਰਿਆਂ ਨੂੰ ਇਕੱਠੇ ਹੋਣਾ ਪਵੇਗਾ, ਇਕੱਠੇ ਹੋ ਕੇ ਫੈਸਲਾ ਲੈ ਸਕਦੇ ਨੇ ਕਿ ਸਰਬੱਤ ਖਾਲਸਾ ਆਪਾਂ ਕਰਨਾ ਹੈ, ਰੱਖਣਾ ਹੈ ਕਿ ਨਹੀਂ ਰੱਖਣਾ। ਜੀ ਬਰਾੜ ਸਾਹਿਬ,
ਅੱਗੇ ਕੁਐਸਚਨ ਇਹ ਬਣ ਕੇ ਆਉਂਦਾ ਵੀ ਜੇ ਉਹਨਾਂ ਨੇ ਕਿਹਾ ਵੀ ਸਰਬੱਤ ਖਾਲਸਾ ਦੀ ਕੌਲ ਕਰਨੀ ਹੈ ਹਨਾ ਵੀ ਅਨੰਦਪੁਰ ਸਾਹਿਬ ਜਾ ਹਨਾ, ਤੇ ਉੱਥੇ ਜੋ ਇਸ ਤਰ੍ਹਾਂ ਦਾ ਮਾਹੌਲ ਸਿਰਜਿਆ ਗਿਆ, ਇਸ ਤਰ੍ਹਾਂ ਦਾ ਸਾਰੀਆਂ ਘਟਨਾਕ੍ਰਮ, ਵੀ ਲੋਕ ਕਿੰਨੇ ਕੁ ਇਕੱਠੇ ਹੋ ਸਕਦੇ ਆ, ਕੋਈ ਖਦਸ਼ਾ ਜਾਂ ਮਤਲਬ ਲੋਕਾਂ ਦੇ ਵਿੱਚ ਆਮ ਕੀ ਹੈ ਵੀ ਇਹ ਵੱਡੇ ਲੈਵਲ 'ਤੇ ਹੋ ਸਕਦਾ ਕੁਛ? ਜੀ ਦੇਖੋ, ਅਨੰਦਪੁਰ ਸਾਹਿਬ ਦੀ ਮੈਂ ਦੁਬਾਰਾ ਇੱਕ ਵਾਰੀ ਕਲੀਅਰ ਕਰ ਦਿਆਂ ਕਿ ਉਹਨਾਂ ਨੇ ਦਮਦਮਾ ਸਾਹਿਬ ਤਲਵੰਡੀ ਸਾਬੋ ਕਿਹਾ ਹੈ, ਬਠਿੰਡਾ ਦੇ ਨੇੜੇ ਠੀਕ ਜੀ, ਤੇ ਉੱਥੇ ਇਕੱਠ 14 ਅਪ੍ਰੈਲ ਨੂੰ ਵਿਸਾਖੀ ਵਾਲੇ ਦਿਨ ਵੈਸੇ ਵੀ ਬਹੁਤ ਵੱਡਾ ਇਕੱਠ ਹੋ ਜਾਂਦਾ, ਸੋ ਇਕੱਠ ਤਾਂ ਉੱਥੇ ਹੋਣ ਦੀ ਉਮੀਦ ਹੈ। ਪਰ ਚੱਕਰ ਇਹ ਹੈ, ਦੋ ਚੀਜ਼ਾਂ ਨੇ ਹੁਣ, ਨਾ ਤਾਂ ਕੋਈ ਕੇਂਦਰੀ ਏਜੰਸੀ ਚਾਹੇਗੀ ਕਿ ਉੱਥੇ ਇਕੱਠ ਹੋਵੇ, ਤੇ ਨਾ ਹੀ ਪੰਜਾਬ ਸਰਕਾਰ ਚਾਹੇਗੀ ਕਿ ਉੱਥੇ ਇਕੱਠ ਹੋਵੇ। ਤੁਸੀਂ ਪਹਿਲਾਂ ਵੀ ਦੇਖਿਆ ਕਿ ਜਦੋਂ ਵੀ ਪਾਸਟ ਦੇ ਵਿੱਚ ਸਰਬੱਤ ਖਾਲਸਾ ਹੋਇਆ, ਇੱਕ 2015 ਦੇ ਵਿੱਚ, ਉਦੋਂ ਅਕਾਲੀਆਂ ਦੀ ਸਰਕਾਰ ਸੀ ਤੇ ਅਕਾਲੀਆਂ ਨੇ ਉਦੋਂ ਪੂਰਾ ਜ਼ੋਰ ਲਾਇਆ ਸੀ ਕਿ ਇਕੱਠ ਨਾ ਹੋਵੇ। ਖੈਰ ਉਦੋਂ ਵੀ ਇਕੱਠ ਕਾਫੀ ਵੱਡਾ ਹੋਇਆ ਸੀ, ਉਦੋਂ ਜਿਹੜੇ ਫੈਸਲੇ ਹੋਏ ਸੀ, ਬਹੁਤ ਸਾਰੇ ਲੋਕਾਂ ਨੇ, ਬਹੁਤ ਸਾਰੇ ਸਿੱਖ ਪ੍ਰਚਾਰਕਾਂ ਨੇ ਉਸ ਤੇ ਕਿੰਤੂ ਕੀਤਾ ਸੀ। ਹੁਣ ਦੇਖਦੇ ਹਾਂ ਕਿ ਇਕੱਠ ਹੁੰਦਾ ਹੈ। ਸਭ ਤੋਂ ਪਹਿਲਾ ਸਵਾਲ ਤੇ ਇਹ ਆ, ਅਜੇ ਤੱਕ ਸਿੰਘ ਸਾਹਿਬ ਨੇ ਦੁਪਹਿਰ ਤੋਂ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਕੋਈ ਵੀ ਉਸ ਵੀਡੀਓ ਤੇ ਪ੍ਰਤੀਕਿਰਿਆ ਨਹੀਂ ਦਿੱਤੀ, ਤੇ ਦੇਖਦੇ ਹਾਂ ਕਿ ਉਹ ਕੱਲ ਨੂੰ ਇਕੱਠ ਕਰਨ ਦੀ ਕੋਈ ਕਾਲ ਦਿੰਦੇ ਨੇ। ਪਹਿਲਾਂ ਤਾਂ ਉਹ ਆਪਸ ਵਿੱਚ ਸਲਾਹ ਮਸ਼ਵਰਾ ਕਰਨਗੇ, ਉਦੋਂ ਬਾਅਦ ਹੀ ਸਰਬੱਤ ਖਾਲਸਾ ਦਾ ਉਹ ਜਿਹੜਾ ਹੈ ਡੇਟ ਅਨਾਊਂਸ ਕਰਨਗੇ ਜਾਂ ਜਿਵੇਂ ਵੀ ਆ ਉਹ ਕਰਨਗੇ। ਪਰ ਇੱਕ ਚੀਜ਼ ਇਹਦੇ ਵਿੱਚ ਹੋਰ ਹੈ, ਉਹਨਾਂ ਨੇ ਅੰਮ੍ਰਿਤਪਾਲ ਸਿੰਘ ਹੋਰਾਂ ਤੋਂ ਇੱਕ ਦਿਨ ਪਹਿਲਾਂ ਹੀ ਅਜੇ ਇਹ ਮੰਗ ਰੱਖੀ ਸੀ ਕਿ ਉਹ ਸਾਹਮਣੇ ਆਉਣ ਤੇ ਸਰੈਂਡਰ ਕਰਨ। ਅਜੇ ਤੱਕ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਸਰੈਂਡਰ ਤਾਂ ਨਹੀਂ ਕੀਤਾ। ਜੇ ਮੰਨ ਲਓ ਕਿ ਉਹਨਾਂ ਨੇ ਪਹਿਲੀ ਗੱਲ ਅੰਮ੍ਰਿਤਪਾਲ ਸਿੰਘ ਨੇ ਉਹਨਾਂ ਦੀ ਨਹੀਂ ਮੰਨੀ, ਸੋ ਇਹ ਵੀ ਸੰਭਵ ਹੈ, ਕੁਛ ਲੋਕ ਇਹ ਵੀ ਕਹਿ ਰਹੇ ਨੇ ਕਿ ਹੋ ਸਕਦਾ ਕਿ ਗਿਆਨੀ ਜੀ ਵੀ ਉਹਨਾਂ ਦੀ ਕੋਈ ਗੱਲ ਨਾ ਮੰਨਣ। ਜੀ ਬਰਾੜ ਸਾਹਿਬ, ਅੱਗੇ ਕੁਐਸਚਨ ਇਹ ਬਣ ਕੇ ਆਉਂਦਾ ਵੀ ਜੇ ਉਹਨਾਂ ਨੇ ਕਿਹਾ ਵੀ ਅਸੀਂ ਅਰੈਸਟ ਕਰਾਂ, ਅਸੀਂ ਆਪਦੀ ਅਰੈਸਟ ਦੇਵਾਂਗੇ, ਵਿੱਚ ਕਿਤੇ ਨਾ ਕਿਤੇ ਸ਼ਬਦਾਂ ਦੇ ਵਿੱਚ ਅਸੀਂ ਨਹੀਂ ਡਰਦੇ ਅਰੈਸਟ ਤੋਂ, ਤੇ ਪਰ ਜੇ ਅਰੈਸਟ ਦੇਣਗੇ ਤਾਂ ਉਹ ਕੀ ਆਪਣੇ ਇਕੱਲੇ ਤੌਰ ਤੇ ਦੇਣਗੇ ਜਾਂ ਕੋਈ ਇਕੱਠ ਬੁਲਾ ਕੇ ਦੇ ਸਕਦੇ, ਕੀ ਹੋ ਸਕਦਾ ਇਸ ਤਰ੍ਹਾਂ ਦਾ? ਦੇਖੋ, ਮੇਰੇ ਖਿਆਲ ਨਾਲ ਜਾਂ ਆਪਾਂ ਜਿੰਨੇ ਵੀ ਹੁਣ ਤੱਕ ਜਿਹੜੇ ਬੰਦੇ ਪੁਰਾਣੇ ਅਜਿਹਾ ਕੁਛ ਕਵਰ ਕਰਦੇ ਆ ਰਹੇ ਨੇ, ਉਹਨਾਂ ਨੇ ਇਹੀ ਓਪੀਨੀਅਨ ਰੱਖਿਆ, ਉਹਨਾਂ ਇਹ ਦੱਸਦੇ ਨੇ ਕਿ ਜਦੋਂ ਵੀ ਇਸ ਤਰੀਕੇ ਦੇ ਨਾਲ ਕੋਈ ਹੁੰਦਾ ਹੁੰਦੀ ਹੈ ਕਾਰਵਾਈ, ਤਾਂ ਉਹ ਇਕੱਠ ਦੇ ਵਿੱਚ ਅਰੈਸਟ ਦਿੰਦੇ ਨੇ। ਉਦੋਂ ਪਹਿਲਾਂ ਮੀਡੀਆ ਦੇ ਨਾਲ ਗੱਲਬਾਤ ਕਰਦੇ ਨੇ ਤਾਂ ਕਿ ਕੋਈ ਗਲਤ ਇਨਫੋਰਮੇਸ਼ਨ ਬਾਕੀ ਲੋਕਾਂ ਤੱਕ ਨਾ ਪਹੁੰਚਾਈ ਜਾਵੇ। ਪਰ ਇਸ ਵੇਲੇ ਪੁਲਿਸ ਦੀ ਤੇ ਸਟੇਟ ਦੀ ਪੂਰੀ ਕੋਸ਼ਿਸ਼ ਇਹ ਹੋਵੇਗੀ ਕਿ ਉਸਨੂੰ ਕਿਸੇ ਵੀ ਇਕੱਠ ਵਿੱਚ ਜਾਣ ਤੋਂ ਪਹਿਲਾਂ ਹੀ ਅਰੈਸਟ ਕਰ ਲਿਆ ਜਾਵੇ। ਸ਼ੁਰੂਆਤ ਤੋਂ ਲੈ ਕੇ ਅੱਜ ਤੱਕ ਜਿਹੜੀ ਘਟਨਾ ਹੋਈ, ਜਿਹੜੇ ਹੁੰਦੇ ਆ ਉਹ ਮਤਲਬ ਉੱਥੋਂ ਭੱਜ ਜਾਂਦੇ ਜਾਂ ਨਿਕਲ ਜਾਂਦੇ, ਉਹਨੂੰ ਪੁਲਿਸ ਦੀ ਗ੍ਰਿਫਤ 'ਚ ਨਹੀਂ ਆਉਂਦੇ, ਅੱਜ ਤੱਕ ਕਾਫੀ ਲੋਕਾਂ ਦੇ ਜੋ ਸਿੱਖ ਧਰਮ ਲਈ ਰਵੱਈਏ ਸੀ ਜਾਂ ਉਹ ਸਟੇਟ ਲਈ ਰਵੱਈਏ ਸੀ, ਉਹ ਕਾਫੀ ਮਤਲਬ ਡਿਸਕਲੋਜ਼ ਹੋ ਗਏ। ਹੁਣ ਅੱਗੇ ਕੁਐਸਚਨ ਬਣ ਕੇ ਆਉਂਦਾ ਵੀ ਇਸ ਸਾਰੀ ਪ੍ਰਤੀਕਰਮੀਆਂ ਤੋਂ ਕਿਹੜੀ ਪਾਰਟੀ ਨੂੰ ਕਿੰਨਾ ਫਾਇਦਾ ਹੋਇਆ, ਕਿਹੜੀ ਪਾਰਟੀ ਨੂੰ ਕਿੰਨਾ ਕੁ ਨੁਕਸਾਨ ਹੋਇਆ, ਅਤੇ ਇਸ ਸਾਰੀ ਚੀਜ਼ ਤੋਂ ਕਿਸ ਨੂੰ ਰਾਜਨੀਤਿਕ ਫਾਇਦੇ ਹੋਏ ਆ? ਅਤੇ ਇੱਕ ਵੀ ਇਹ ਆਉਂਦਾ ਵੀ ਇਹ ਕੋਈ ਕਿਤੇ ਇਹ ਸ਼ੁਰੂਆਤ ਤਾਂ ਨਹੀਂ, ਹਜੇ ਆਪਾਂ ਇਹਨੂੰ ਐਂਡ ਮੰਨੀ ਜਾਂਦੇ, ਇਹ ਕਿਤੇ ਸ਼ੁਰੂਆਤ ਤਾਂ ਨਹੀਂ ਹੈਗੀ ਵੀ ਕੋਈ ਵੱਡੇ ਚੀਜ਼ ਹੋਣ ਦੀ ਕੋਈ ਸ਼ੁਰੂਆਤ ਹੋਵੇ? ਇਸ ਤੁਸੀਂ ਜਿਹੜੀ ਗੱਲ ਐਂਡ ਤੇ ਕਹੀ ਹੈ ਨਾ, ਇਹ ਬਹੁਤ ਵੱਡੀ ਗੱਲ ਆ। ਇਹ ਹੋ ਸਕਦਾ ਕਿ ਇਹ ਜਿਹੜਾ ਜੋ ਕੁਛ ਚੱਲ ਰਿਹਾ ਹੈ, ਇਹ ਸਾਰੀ ਸਥਿਤੀ ਕਿਸੇ ਹੋਰ ਪਾਸੇ ਨੂੰ ਕਰਵਟ ਲੈ ਲਵੇ, ਆਉਣ ਵਾਲੇ ਦਿਨ ਦੇ ਵਿੱਚ ਉਹਦੀ ਬੁੱਕਲ ਦੇ ਵਿੱਚ ਬੜਾ ਕੁਛ ਉਹ ਦਿਨ ਸਮੋਈ ਬੈਠਾ। ਕੱਲ ਦੀ ਗੱਲ ਕਰਦੇ ਹਾਂ ਜੇ ਆਪਾਂ, 30 ਮਾਰਚ ਦੀ, ਕੱਲ ਨੂੰ ਬਹੁਤ ਕੁਛ ਹੋਣ ਦੀ ਸੰਭਾਵਨਾ। ਹੋ ਸਕਦਾ ਕੋਈ ਅਰੈਸਟ ਹੋ ਜਾਵੇ, ਹੋ ਸਕਦਾ ਰਾਜਕਾਰ ਦੀ ਧਿਰ ਕੋਈ ਨਵੀਂ ਗੱਲ ਕਹਿ ਦੇਵੇ, ਹੋ ਸਕਦਾ ਪੰਜਾਬ ਪੁਲਿਸ ਕੋਈ ਨਵਾਂ ਬਿਆਨ ਦੇ ਦੇਵੇ। ਪਰ ਜੇ ਤੁਸੀਂ ਦੇਖੋ ਘਾਟੇ ਵਾਧਿਆਂ ਦੀ ਗੱਲ, ਤਾਂ ਇਹਦੇ ਵਿੱਚ ਜਿਹੜੀ ਸੋਸ਼ਲ ਮੀਡੀਆ ਤੇ ਚਰਚਾ, ਉਹਦੇ ਹਿਸਾਬ ਨਾਲ ਆਪਾਂ ਤੁਹਾਨੂੰ ਦੱਸੀਏ, ਇੱਕ ਤੇ ਪੰਜਾਬ ਪੁਲਿਸ ਦੇ ਪੱਖ 'ਚ ਕੁਛ ਨਹੀਂ ਗਿਆ, ਇਹ ਪਿਛਲੇ 2 ਹਫ਼ਤਿਆਂ ਦੀ ਗੱਲ ਕਰ ਲਈਏ, ਪੰਜਾਬ ਪੁਲਿਸ ਤੁਸੀਂ ਇਹ ਕਹਿ ਲਓ ਕਿ ਉਹ ਕਿਤੇ ਨਾ ਕਿਤੇ ਨਾਕਾਮ ਸਿੱਧ ਹੁੰਦੀ ਨਜ਼ਰ ਆਈ ਹੈ ਜੇ ਸੋਸ਼ਲ ਮੀਡੀਆ ਤੇ ਬੈਠੇ ਲੋਕਾਂ ਦੀ ਗੱਲ ਮੰਨੀ ਜਾਵੇ। ਦੂਜੀ, ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਤੇ ਜਿਹੜਾ ਬਹੁਤ ਸਾਰੇ ਲੋਕ ਪਹਿਲਾਂ ਤੋਂ ਵੀ ਸਵਾਲ ਉਠਾਉਂਦੇ ਸੀ, ਉਹ ਵੀ ਉਵੇਂ ਦਾ ਉਵੇਂ ਸਵਾਲ ਬਰਕਰਾਰ ਹੈ, ਸਵਾਲੀਆ ਚਿੰਨ ਉਸੇ ਤਰ੍ਹਾਂ ਕਿ ਕੀ ਲਾਅ ਐਂਡ ਆਰਡਰ ਸਭ ਕੁਛ ਠੀਕ ਠਾਕ ਹੈ, ਕਿੱਥੋਂ ਚੱਲਦਾ, ਕੌਣ ਚਲਾਉਂਦਾ, ਇਹ ਬਾਅਦ ਦੀਆਂ ਗੱਲਾਂ ਨੇ। ਅਗਲੀ ਗੱਲ, ਕੁਛ ਲੋਕਾਂ ਦਾ ਇਹ ਮੰਨਣਾ ਹੈ ਕਿ ਇਹ ਸਾਰੇ ਕੁਛ ਦੇ ਵਿੱਚ ਅਕਾਲੀ ਦਲ ਦਾ ਜ਼ਿਕਰ ਬਹੁਤ ਵਾਰ ਆਇਆ, ਅਕਾਲੀ ਦਲ ਨੂੰ ਜਿਹੜਾ ਪਿਛਲੇ ਲੰਮੇ ਸਮੇਂ ਤੋਂ ਇਗਨੋਰ ਕੀਤਾ ਜਾ ਰਿਹਾ ਸੀ, ਇੱਕ ਵਾਰ ਫਿਰ ਜਿਹੜੀ ਮੇਨ ਸਟ੍ਰੀਮ ਪੋਲੀਟਿਕਸ ਹੈ, ਜਿਹੜੀ ਐਕਟਿਵ ਪੋਲੀਟਿਕਸ ਹੈ, ਉਹਦੇ ਵਿੱਚ ਇੱਕ ਵਾਰ ਅਕਾਲੀ ਦਲ ਦਾ ਫਿਰ ਤੋਂ ਜ਼ਿਕਰ ਹੋਣ ਲੱਗਾ। ਕੁਛ ਲੋਕ ਇਹ ਮੰਨ ਰਹੇ ਨੇ, ਕਿਹਦਾ ਨੁਕਸਾਨ ਹੋਇਆ, ਕਿਹਦਾ ਫਾਇਦਾ ਹੋਇਆ, ਇਹ ਸ਼ਾਇਦ ਅਜੇ 1-1.5-2 ਹਫ਼ਤਿਆਂ ਤੱਕ ਸਾਫ਼ ਸਪਸ਼ਟ ਹੋ ਜਾਵੇਗਾ। ਜੇ ਕੱਲ੍ਹ ਨੂੰ ਭਾਈ ਜੀ ਅਰੈਸਟ ਦੇ ਵੀ ਦਿੰਦੇ ਆ, ਜੇਲ੍ਹ 'ਚ ਚਲੇ ਜਾਂਦੇ ਆ, ਅਤੇ ਫਿਰ ਉਹਨਾਂ ਦੇ ਚਲੋ ਇਹ ਜਿਹੜਾ ਲਾਅ ਲੱਗਿਆ ਤਾਂ ਲੱਗਣਾ ਹੀ ਲੱਗਣਾ ਹੈ ਨਾ, ਲੱਗ ਗਿਆ ਜਾਂ ਮਤਲਬ, ਫਿਰ ਉਹ ਕਿੰਨੀ ਕੁ ਸੰਭਾਵਨਾ ਵੀ ਉਹ ਬਾਹਰ ਆਉਣ ਦੀ ਹੈਗੀ ਆ? ਨਹੀਂ ਦੇਖੋ, ਜਦੋਂ ਇਹ ਅਰੈਸਟ ਹੋ ਗਈ ਨਾ, ਉਦੋਂ ਬਾਅਦ ਬਹੁਤ ਲੰਮੀ ਗੱਲ ਚਲੀ ਜਾਣੀ ਹੈ, ਫਿਰ ਇਹ ਬਾਹਰ ਆਉਣ ਵਾਲੀ ਗੱਲ, ਜਿਸ ਬੰਦੇ ਤੇ NSA ਲੱਗਿਆ ਹੋਵੇ ਨਾ,
ਉਹ ਬੰਦਾ ਇਸ ਚੀਜ਼ ਦੀ ਹੋਪ ਹੀ ਛੱਡ ਦਿੰਦਾ ਕਿ ਮੈਂ ਕਦੀ ਬਾਹਰ ਆ ਸਕਦਾ। ਬਹੁਤ ਕੁਛ ਹੋ ਵੀ, ਤੁਸੀਂ ਦੇਖੋ ਜੱਗੀ ਜੌਲ ਨੂੰ ਇੱਕ ਕੇਸ ਦੇ ਵਿੱਚ ਪੜਿਆ ਸੀ ਮੇਰੇ ਕੋਲ ਅੱਜ ਤੋਂ 5-6 ਸਾਲ ਪਹਿਲਾਂ, ਲੰਮਾ ਸਮਾਂ ਹੋ ਗਿਆ, ਕਦੇ ਵੀ ਉਹਦੀ ਮੀਡੀਆ ਦੇ ਨਾਲ ਬਾਈਟ ਵੀ ਨਹੀਂ ਸ਼ੇਅਰ ਕੀਤੀ ਜਾਣ ਦਿੱਤੀ ਜਾਂਦੀ, ਕਦੇ ਮੀਡੀਆ ਦੇ ਨਾਲ ਉਸਨੂੰ ਗੱਲਬਾਤ ਨਹੀਂ ਕਰਨ ਦਿੱਤੀ ਜਾਂਦੀ। ਸੋ NSA ਜਿਸ ਬੰਦੇ ਤੇ ਲੱਗ ਗਿਆ ਹੋਵੇ, ਅੰਮ੍ਰਿਤਪਾਲ ਸਿੰਘ ਨੂੰ ਇਹ ਗੱਲ ਪੂਰੀ ਤੌਰ ਤੇ ਸਪਸ਼ਟ ਪਤਾ ਹੈ, ਇਸੇ ਕਰਕੇ ਸ਼ਾਇਦ ਉਹ ਕੋਈ ਇੰਟਰਵਿਊ ਜਾਂ ਫਿਰ ਮੀਡੀਆ ਦੇ ਨਾਲ ਗੱਲਬਾਤ ਕਰਨੀ ਚਾਹੁੰਦਾ। ਉਹਨੂੰ ਪਤਾ ਕਿ ਇੱਕ ਵਾਰੀ ਮੈਂ ਅਰੈਸਟ ਦੇ ਦਿੱਤੀ, ਇੱਕ ਵਾਰੀ ਪੁਲਿਸ ਨੇ ਮੈਨੂੰ ਅਰੈਸਟ ਕਰ ਲਿਆ ਤੇ ਉਦੋਂ ਬਾਅਦ ਇਹ ਕੰਮ ਔਖਾ ਹੋ ਜਾਣਾ, ਉਦੋਂ ਬਾਅਦ ਸ਼ਾਇਦ ਹੀ ਕਿਤੇ ਲੋਕਾਂ ਦੇ ਨਾਲ ਮਿਲਣ ਦਾ ਮੌਕਾ ਮਿਲੇ। ਜੀ ਬਰਾੜ ਸਾਹਿਬ, ਮਤਲਬ ਉਹਨਾਂ ਦੀ ਕਨੈਕਟੀਵਿਟੀ ਟੋਟਲੀ ਕੱਟੀ ਜਾਵੇਗੀ ਤੇ ਉਸ ਤੋਂ ਬਾਅਦ ਜਿਨ੍ਹਾਂ ਦੇ ਜੋ ਚਾਹੁੰਗੇ ਸ਼ਾਇਦ ਉਹਨਾਂ ਦੇ ਹੱਥ 'ਚ ਚਲੇ। ਅੱਗੇ ਆਉਂਦਾ ਵੀ ਇੱਕ ਵਾਰਿਸ ਪੰਜਾਬ ਦੇ ਜੋ ਇੱਕ ਇਹ ਚੱਲ ਰਿਹਾ ਵੀ ਇਹ ਵਾਰਿਸ ਪੰਜਾਬ ਦੇ ਅਗਲੇ ਸਮਰਥਕ ਵੀ ਹੋ ਸਕਦਾ, ਕਿਸੇ ਨੂੰ ਕਹਿ ਦੇਣ ਵੀ ਇਹ ਬਣਾਉਣੀ ਹੈ ਜਾਂ ਫਿਰ ਆਪ ਹੀ ਰਹਿਣ, ਇਹ ਵੀ ਹੋ ਸਕਦਾ ਕੁਛ? ਇਹਦੇ ਬਾਰੇ ਤਾਂ ਉਹੀ ਦੱਸ ਸਕਦੇ ਨੇ ਵਾਰਿਸ ਪੰਜਾਬ ਦੇ ਜਥੇਬੰਦੀ ਦੀ ਗੱਲ ਕਰ ਰਹੇ ਹੋ ਤੁਸੀਂ। ਦੇਖੋ ਇਹ ਦੀਪ ਸਿੱਧੂ ਤੋਂ ਸ਼ੁਰੂ ਹੋਈ, ਉਸ ਤੋਂ ਬਾਅਦ ਇਹਦੇ ਉੱਤੇ ਵੀ ਕਾਫੀ ਤੁਸੀਂ ਕਹਿ ਲਓ ਕਿ ਮਤਭੇਦ ਵੀ ਰਹੇ ਆ। ਇਸ ਵੇਲੇ ਮਨਦੀਪ ਸਿੰਘ ਸਿੱਧੂ ਹੋਰਾਂ ਨੇ ਵੀ ਪਿੱਛੇ ਜੇ ਇੱਕ ਮੀਡੀਆ ਚੈਨਲ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿਹੜੀ ਵਾਰਿਸ ਪੰਜਾਬ ਦੇ ਜਥੇਬੰਦੀ ਦੀਪ ਸਿੱਧੂ ਨੇ ਬਣਾਈ ਸੀ ਇਹ ਉਹ ਨਹੀਂ, ਇਹ ਕੋਈ ਹੋਰ ਹੈ। ਇਹਦੇ ਬਾਰੇ ਜੋ ਕੁਛ ਹੋਣਾ ਇਹ ਤਾਂ ਉਹੀ ਦੱਸ ਸਕਦੇ ਨੇ ਤੁਸੀਂ, ਇਹ ਕਹਿ ਲਓ ਕਿ ਜਿਹੜੇ ਅਹੁਦੇਦਾਰ ਨੇ। ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਬਾਰੇ ਵੀ ਸਪਸ਼ਟ ਕੁਛ ਨਾ ਕੁਛ ਜ਼ਰੂਰ ਹੋ ਜਾਵੇਗਾ। ਅਤੇ ਉਮੀਦ ਕਰਦੇ ਸਾਡੇ ਦਰਸ਼ਕਾਂ ਨੂੰ ਸਾਡੀ ਸਾਰੀ ਡਿਸਕਸ਼ਨ ਦੇ ਵਿੱਚ ਬਹੁਤ ਚੀਜ਼ਾਂ ਸਿੱਖਣ ਨੂੰ ਮਿਲੀਆਂ ਹੋਣਗੀਆਂ ਅਤੇ ਬਹੁਤ ਚੀਜ਼ਾਂ ਦੀ ਇਨਫੋਰਮੇਸ਼ਨ ਮਿਲੀ ਹੋਣੀ ਹੈ। ਅਤੇ ਆਪਣੇ ਦਰਸ਼ਕਾਂ ਨੂੰ ਕੁਝ ਕਹਿਣਾ ਚਾਹੋ ਐਂਡ 'ਤੇ? ਹਾਂਜੀ, ਇੱਕ ਗੱਲ ਆਪਾਂ ਕੱਲ ਪਰਸੋਂ ਆਪਾਂ ਤਕਰੀਬਨ ਹਰ ਸ਼ੋਅ ਦੇ ਵਿੱਚ ਕਵਰ ਕੀਤੀ ਹੈ ਖਾਲਸਾਈ ਨਿਸ਼ਾਨਾਂ ਦੇ ਬਾਰੇ। ਅੱਜ SSP ਲੁਧਿਆਣਾ ਨੇ ਇਹ ਸਪਸ਼ਟੀਕਰਨ ਦਿੱਤਾ ਹੈ ਕਿ ਜਿਹੜਾ ਅਸੀਂ ਖਾਲਸਾਈ ਨਿਸ਼ਾਨਾਂ ਨੂੰ ਖਾਲਿਸਤਾਨੀ ਨਿਸ਼ਾਨਾਂ ਦੇ ਨਾਲ ਰਲਗੱਡ ਕੀਤਾ ਉਹ ਜਾਂਚ ਦਾ ਵਿਸ਼ਾ। ਖੈਰ ਮਾਫੀ ਉਹਨਾਂ ਨੇ ਵੀ ਨਹੀਂ ਮੰਗੀ, ਪਰ ਇੰਨੀ ਗੱਲ ਉਹਨਾਂ ਨੇ ਕਬੂਲ ਲਈ ਹੈ ਕਿ ਜਿਹੜਾ ਅਸੀਂ ਉਸ ਦਿਨ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜੇ ਐਂਬਲਮ ਦਿਖਾਏ ਸੀ ਉਹ ਖਾਲਸਾ ਰਾਜ ਦੇ ਦੌਰਾਨ ਵਰਤੇ ਜਾਣ ਵਾਲੇ ਐਂਬਲਮ ਸੀ। ਇੱਥੇ ਤਾਂ ਫਿਰ ਉਹਨਾਂ ਨੂੰ ਵੀ, ਉਹ ਤਾਂ ਪੜ੍ਹੇ ਲਿਖੇ ਆ ਕਾਫੀ, ਤੇ ਉਹਨਾਂ ਨੂੰ ਵੀ ਇਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਸੀ ਵੀ ਅਸੀਂ ਕੀ ਦਿਖਾ ਰਹੇ ਹਾਂ ਕੀ ਕਰ ਰਹੇ ਹਾਂ। ਤੇ ਬਹੁਤ ਬਹੁਤ ਧੰਨਵਾਦ। ਉਹੀ ਗੱਲ ਹੈ ਨਾ ਕਿ ਇਸ ਵੇਲੇ ਇਕੱਲੀ ਇਕੱਲੀ ਮੀਡੀਆ ਨਹੀਂ ਨੇਰੇ 'ਚ ਤੀਰ ਮਾਰ ਰਹੀ, ਹੋਰ ਵੀ ਬਹੁਤ ਸਾਰੇ ਲੋਕ ਮਾਰ ਰਹੇ ਨੇ। ਖੈਰ ਅਸੀਂ ਜੇ ਪੁਲਿਸ ਦਾ ਨਾਮ ਲਈਏ ਤੇ ਫਿਰ ਕਹਿਣਗੇ ਜੀ ਪੱਤਰਕਾਰ ਜਾਂ ਪੱਤਰਕਾਰ ਭਾਈਚਾਰਾ ਸਾਡੀ ਸਪੋਰਟ ਨਹੀਂ ਕਰਦਾ, ਸਾਡਾ ਮੋਰਲ ਡਾਊਨ ਕਰਦਾ, ਸਾਡਾ ਮਨੋਬਲ ਤੋੜਦਾ। ਅਸੀਂ ਸਾਨੂੰ ਵੀ ਪਤਾ ਕਿ ਪੁਲਿਸ ਦੇ ਉੱਤੇ ਕਿਸ ਤਰ੍ਹਾਂ ਦੀ ਬੀਤ ਰਹੀ ਹੈ, ਇਹ ਨਹੀਂ ਕਿ ਅਸੀਂ ਉਹਨਾਂ ਦੇ ਖਿਲਾਫਤ ਕਰਦੇ ਹਾਂ, ਪਰ ਗਲਤ ਨੂੰ ਗਲਤ ਕਹਿਣਾ ਵੀ ਬਣਦਾ ਹੈ। ਤੇ ਸਰੋਤਿਆਂ ਨੂੰ ਵੀ ਅਸੀਂ ਇਹੀ ਅਪੀਲ ਕਰਦੇ ਹਾਂ, ਸਾਡੇ ਦਰਸ਼ਕਾਂ ਨੂੰ ਵੀ, ਜਿੱਥੇ ਗਲਤ ਹੁੰਦਾ ਉੱਥੇ ਚੁੱਪ ਵੱਟਣ ਤੋਂ ਬਿਹਤਰ ਇਹ ਹੈ ਕਿ ਗਲਤ ਨੂੰ ਗਲਤ ਕਹਿ ਦਿਆ ਕਰੋ, ਫੇਕ ਨੂੰ ਤੁਸੀਂ ਪਾਸ ਨਾ ਕਰੋ, ਚੰਗੇ ਨੂੰ ਚੰਗਾ ਕਹਿਣਾ ਜਾਂ ਨਾ ਵੀ ਕਹੋ ਕੋਈ ਗੱਲ ਨਹੀਂ, ਪਰ ਗਲਤ ਨੂੰ ਗਲਤ ਜ਼ਰੂਰ ਕਿਹਾ ਕਰੋ। ਹੁਣ ਤੁਹਾਡੇ ਗਲਤ ਨਾ ਗਲਤ ਕਹੇ ਤੋਂ ਇੱਕ ਅੱਗੇ ਕੁਐਸਚਨ ਇਹ ਵੀ ਆਉਂਦਾ ਹੈ ਵੀ ਗਲਤ ਨੂੰ ਗਲਤ ਕਹਿਣ ਵਾਲੇ ਤਾਂ ਪੱਤਰਕਾਰ ਵੀ ਸੀ, ਜਿਨ੍ਹਾਂ ਦੇ ਮੂੰਹ ਬੰਦ ਕਰਕੇ ਕਿਸੇ ਨੂੰ ਕਿਤੇ ਜੇਲ੍ਹ 'ਚ ਬੁਲਾ ਲਿਆ ਜਾਂ ਕਿਸੇ ਨੂੰ ਕੁਛ ਕਰਤਾ, ਜਿਨ੍ਹਾਂ ਦੇ ਚੈਨਲ ਬੰਦ ਕਰਤੇ, ਇਹ ਸਾਰੇ ਇੰਸੀਡੈਂਟ ਤੋਂ ਕਿਤੇ ਨਾ ਕਿਤੇ ਪੱਤਰਕਾਰਾਂ ਨੂੰ ਤਾਂ ਪਤਾ ਲੱਗ ਗਿਆ ਵੀ ਇੱਥੇ ਸਾਡੇ, ਜੇ ਆਪਾਂ ਕਹਿ ਦਿੰਦੇ ਹਾਂ ਵੀ ਅਸੀਂ ਆਪਦੇ ਪੂਰੇ ਵਿਚਾਰ ਰੱਖਦੇ ਹਾਂ ਤਾਂ ਕਿਤੇ ਵੀ ਤੁਹਾਡੇ ਵਿਚਾਰ ਬੰਦ ਕਰ ਸਕਦੇ ਆ, ਚਾਹੇ ਕਿੱਧਰ ਵੀ ਪੱਖ ਨੂੰ ਗੱਲ ਜਾਂਦੀ ਹੈ ਉਹ ਗੱਲ ਵੱਖਰੀ ਹੈ, ਪਰ ਪੱਤਰਕਾਰਾਂ 'ਤੇ ਇਸ 'ਤੇ ਬਹੁਤ ਉਹ ਹੋਇਆ। ਇਸ ਨੂੰ ਮੰਨਦੇ ਆ ਤੁਸੀਂ? ਸ਼ਿਕੰਜਾ ਕੱਸਿਆ ਹੋਇਆ ਜੀ। ਹਾਂ, ਸ਼ਿਕੰਜਾ ਕੱਸਿਆ ਹੋਇਆ। ਬਿਲਕੁਲ ਬਿਲਕੁਲ, ਬਹੁਤ ਸਾਰੇ ਆਪਣੇ ਸੱਜਣ ਮਿੱਤਰ ਇਹੋ ਜਿਹੇ ਸੀ ਜਿਨ੍ਹਾਂ ਨੇ 2-2, 3-3 ਸਾਲ ਤੋਂ ਬਾਕੀ ਦੇ ਕਾਰੋਬਾਰ ਛੱਡ ਕੇ ਕੈਮਰਾ ਚੱਕਿਆ, ਮਾਈਕ ਚੱਕਿਆ, ਲੋਕਾਂ ਦੇ ਵਿੱਚ ਜਾ ਕੇ ਕਵਰਿੰਗ ਕੀਤੀ, ਔਖੇ ਸੌਖੇ ਸਮੇਂ ਵੀ ਉਹਨਾਂ ਨੇ ਦੇਖੇ, ਤੇ ਉਹਨਾਂ ਤੁਸੀਂ ਐਂ ਕਹਿ ਲਓ ਕਿ ਉਹਨਾਂ ਦੀ 2-3 ਸਾਲ ਦੀ ਜਾਂ ਪਿਛਲੇ ਲੰਮੇ ਸਮੇਂ ਦੀ ਇਹ ਪ੍ਰਾਪਰਟੀ ਸੀ ਜਿਹੜੇ ਚੈਨਲਾਂ ਨੂੰ, ਜਿਹੜੇ ਫੇਸਬੁੱਕ ਪੇਜਾਂ ਨੂੰ ਇੱਕੋ ਝਟਕੇ ਦੇ ਵਿੱਚ ਬੰਦ ਕਰਕੇ ਰੱਖ ਦਿੱਤਾ। ਇਹੀ ਕਾਰਨ ਹੈ ਕਿ ਬਹੁਤ ਸਾਰੇ ਲੋਕ ਇਸ ਵੇਲੇ ਬੋਲਣ ਤੋਂ ਵੀ ਡਰਦੇ ਨੇ। ਹਰੇਕ ਨੂੰ ਆਪਦੀ ਰੋਜੀ ਰੋਟੀ ਵੀ ਪਿਆਰੀ ਹੈ, ਬਹੁਤ ਸਾਰੇ ਪੱਤਰਕਾਰ ਚੁੱਪ ਕਰਕੇ ਘਰਾਂ ਦੇ ਵਿੱਚ ਬੈਠੇ, ਕੋਈ ਹੋਰ ਜਿਹੜੇ ਤੁਸੀਂ ਕਹਿ ਲਓ ਕਿ ਗੈਰ ਜ਼ਰੂਰੀ ਮੁੱਦੇ ਆ ਉਹ ਕਵਰ ਕਰ ਰਹੇ ਨੇ, ਉਹਦਾ ਕਾਰਨ ਇਹੀ ਹੈ। ਲੱਗਦਾ ਤੁਹਾਡੇ ਕੋਲੋਂ ਸਾਡੀ ਕਨੈਕਟੀਵਿਟੀ ਟੁੱਟ ਗਈ ਹੈ, ਦੁਬਾਰਾ ਕਨੈਕਸ਼ਨ ਬਣਾਉਣ ਦੀ ਅਸੀਂ ਕੋਸ਼ਿਸ਼ ਕਰਾਂਗੇ। ਦੱਸੋ ਜਿਵੇਂ ਕਿ ਤੁਸੀਂ ਦੇਖਿਆ ਵੀ ਇਹ ਸਾਰੀ ਜੋ ਘਟਨਾਕ੍ਰਮ ਹੋਈ ਆ ਇਹਦੇ ਵਿੱਚ ਬੜਾ ਸੈਂਸਿਟਿਵ ਜਿਹਾ ਮੁੱਦਾ ਵੀ ਇੱਕੋ ਦਮ ਵੀਡੀਓ ਨਿਕਲ ਕੇ ਬਾਹਰ ਆਉਂਦੀ ਆ ਅਤੇ ਵੀਡੀਓ ਦੇ ਵਿੱਚ ਬੋਲਦੇ ਆ ਕਿ ਤੁਸੀਂ ਅੰਮ੍ਰਿਤ ਸੰਚਾਰ ਕਰੋ, ਹੈ ਨਾ। ਪਰ ਫਿਲਹਾਲ ਇਸ ਵੀਡੀਓ ਵਿੱਚ ਉਹਨਾਂ ਨੇ ਕੁਛ ਅਜਿਹੇ ਸ਼ਬਦ ਤਾਂ ਨਹੀਂ ਕਹੇ ਵੀ ਜਿਸ ਨਾਲ ਕਿ ਕੋਈ ਵੱਖਵਾਦੀ ਵਾਲਾ ਕੁਛ ਲੱਗੇ, ਅਤੇ ਕੁਝ ਕੁ ਲੋਕਾਂ ਦਾ ਐਵੇਂ ਲੱਗਿਆ ਵੀ ਲੱਗਦਾ ਸਾਡੇ ਨਾਲ ਜੁੜ ਰਹੇ ਨੇ ਉਹ, ਕੁਝ ਕੁ ਲੋਕਾਂ ਦਾ ਲੱਗਿਆ ਕਿ। ਹਾਂਜੀ ਹਾਂਜੀ, ਕਿੱਥੇ ਸੀ ਆਪਾਂ, ਆਪਣੀ ਆਵਾਜ਼ ਕੱਟੀ ਗਈ ਸੀ। ਹਾਂਜੀ, ਮੈਂ ਇਹੀ ਕਹਿ ਰਿਹਾ ਸੀ ਕਿ ਬਹੁਤ ਸਾਰੇ ਲੋਕਾਂ ਨੇ 2-2, 3-3 ਸਾਲ ਗਾਲੇ ਨੇ, ਤੇ ਇਸ ਵੇਲੇ ਹਰੇਕ ਬੰਦਾ ਉਹੋ ਜਿਹਾ ਬੰਦਾ ਜਿਹਨਾਂ ਨੂੰ ਹੱਥਲ ਕਰਕੇ ਰੱਖ ਦਿੱਤਾ, ਜਿਹਨਾਂ ਦੀ ਰੋਜੀ ਰੋਟੀ ਖੋਲੀ ਗਈ, ਉਹਦੇ ਵੀ ਬੰਦੇ ਡਰੇ।
ਅਤੇ ਲੱਗਦਾ ਤੁਹਾਡੇ ਨਾਲ ਆਵਾਜ਼ ਵਾਰਤਾਲਾਪ ਨੈੱਟ ਦੀ ਪ੍ਰੋਬਲਮ ਕਰਕੇ ਨਹੀਂ ਹੋ ਰਹੀ। ਅਤੇ ਬਹੁਤ ਬਹੁਤ ਧੰਨਵਾਦ ਹਰਸੁਖ ਸਿੰਘ ਜੀ, ਤੁਸੀਂ ਸਾਡੇ ਨਾਲ ਜੁੜੇ ਅਤੇ ਸਾਡੇ ਨਾਲ ਸਾਰੀ ਗੱਲਬਾਤ ਕੀਤੀ। ਅਤੇ ਦਰਸ਼ਕੋ, ਇਸੇ ਹੀ ਖਬਰ 'ਤੇ ਸਾਡੀ ਪੂਰੀ ਅੱਖ ਆ ਅਤੇ ਪੂਰੀ ਸਾਡੀ ਇਸ 'ਤੇ ਲੱਗਿਆ ਹੋਇਆ, ਅਤੇ ਅਸੀਂ ਇਸ ਖਬਰ ਨੂੰ ਵਾਰ ਤੁਹਾਡੇ ਨਾਲ ਕਵਰ ਕਰਦੇ ਰਹਾਂਗੇ। ਅਤੇ ਇਸ ਖਬਰ ਬਾਰੇ ਜਾਂ ਪੰਜਾਬ ਦੀਆਂ ਹੋਰ ਖਬਰਾਂ ਜਾਂ USA ਦੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਾਲ ਦੀ ਨਾਲ ਜ਼ਰੂਰ ਕਰ ਜੀ ਦਿਓ। ਅਤੇ ਬਹੁਤ ਬਹੁਤ ਧੰਨਵਾਦ ਜੀ।